ਜਗਤ ਜਲੰਦੇ ਨੂੰ ਠਾਰਦੇ ਹੋਏ ਔਰ ਤਾਰਦੇ ਹੋਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸਾਲਸ ਰਾਏ ਜੌਹਰੀ ਕੋਲ ਪਹੁੰਚਦੇ ਨੇ, ਜਿਸ ਦਾ ਵਰਣਨ ਮਹਾਨ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਵਿੱਚ ਕੀਤਾ। ਆਓ ਬੜੇ ਹੀ ਪਿਆਰ ਨਾਲ ਸਰਵਣ ਕਰੀਏ। ਇੱਕ ਉਜਾੜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲੇਟੇ ਹੋਏ ਹਨ ਤੇ ਮਰਦਾਨਾ ਪਾਸ ਬੈਠਾ ਹੋਇਆ ਹੈ। ਕਹਿ ਰਿਹਾ ਹੈ, ਪਾਤਸ਼ਾਹ ਤੁਸੀਂ ਆਖ ਰਹੇ ਹੋ ਸਾਰੇ ਪਰਮੇਸ਼ਰ ਹੈ ਤੇ ਇਹ ਜੋ ਦਿਸਦਾ ਹੈ ਦਿਸਦੇ ਵਿੱਚ ਉਹ ਹੈ, ਇਹ ਦਿਸਦਾ ਉਸਦਾ ਪੁਸ਼ਾਕਾ ਮਾਤਰ ਹੈ, ਮੈਨੂੰ ਇਹ ਐਕੁਰ ਕਿਉਂ ਨਹੀਂ ਦੀਦਾ? ਗੁਰੂ ਜੀ ਮਰਦਾਨਿਆ, ਹੱਛੂ ਤਰ੍ਹਾਂ ਵੇਖਿਆ ਕਰ। ਜਦ ਕੋਈ ਦੂਰ ਦੀ ਚੀਜ਼ ਵੇਖਣੀ ਹੁੰਦੀ ਹੈ ਤਾਂ ਚੰਗੀ ਤਰ੍ਹਾਂ ਨਜ਼ਰ ਬੰਨ੍ਹ ਕੇ ਵੇਖੀਦਾ ਹੈ। ਇਸੇ ਤਰ੍ਹਾਂ ਤੂੰ ਮਨ ਨੂੰ ਬੰਨਿਆ ਕਰ, ਜਦ ਠੀਕ ਟਿਕ ਜਾਏਗਾ ਤਾਂ ਮਿਹਰ ਨਾਲ ਪ੍ਰਤੀਤ ਹੋ ਜਾਵੇਗਾ। ਮਰਦਾਨਾ, ਡਾਢੀਆਂ ਨਜ਼ਰਾਂ ਲਾ ਲਾ ਤੱਕਦਾ ਹਾਂ, ਕੀਰਤਨ ਕਰਦਾ ਹਾਂ ਤਾਂ ਵੀ ਕਈ ਵਾਰੀ ਅੰਦਰੋਂ ਜੁੜ ਜਾਂਦਾ ਹਾਂ, ਪਰ ਸੁਭਾਨ ਤੇਰੇ ਕਰਤਾਰ ਨੂੰ ਕਰਤਾਰ ਦਾ ਝਲਕਾ ਨਹੀਂ ਵੱਜਦਾ। ਤੁਸੀਂ ਆਖਿਆ ਸੀ ਨਾਮ ਜਪਿਆ ਕਰ, ਮੈਂ ਜਪਦਾ ਹਾਂ, ਹੁਣ ਤਾਂ ਟੁਰਦਾ ਫਿਰਦਾ ਖਿਆਲ ਰੱਖਦਾ ਹਾਂ, ਪਰ ਹੇ ਕਰਤਾਰ ਦੇ ਮਹਿਰਮ ਜੀ, ਮਿਹਰ ਵਰਤਾਓ, ਦਿਓ ਨਾ ਦੀਦੇ। ਸਤਿਗੁਰੂ ਜੀ ਮਰਦਾਨਿਆ, ਸਿਮਰਿਆ ਕਰ, ਟਿਕਿਆ ਕਰ, ਵੇਖਾਂ ਸਿਆਣੇ ਹਦਵਾਣੇ ਦੇ ਬਾਹਰੋਂ ਸਬਜ਼ੀ ਵਿੱਚੋਂ ਅੰਦਰਲੀ ਲਾਲੀ ਤੱਕ ਲੈਂਦੇ ਹਨ। ਤੂੰ ਹੋਸ਼ ਵਾਲਾ ਹੈ, ਨਜ਼ਰ ਨਾਲ ਸਾਰਾ ਸੰਸਾਰ ਵੇਂਦਾ ਹੈ, ਕਿਸੇ ਉਪਾਓ ਕਰ ਨਜ਼ਰ ਨੂੰ ਵੀ ਵੇਂਦਾ ਹੈ ਕਿ ਨਾ, ਕਿ ਤੇਰੇ ਪਾਸ ਸਾਈ ਕਰਤਾਰ ਦੀ ਬਖਸ਼ੀ ਨਜ਼ਰ ਹੈ। ਸਾਰਾ ਜਹਾਨ ਬੋਲਦਾ ਹੈ, ਵਾਜਾਂ ਕੱਢਦਾ ਹੈ, ਕਿਸੇ ਨਾ ਕਿਸੇ ਸੁਰ ਤੇ ਬੋਲਦਾ ਹੈ, ਕੋਈ ਖਰਜ਼ ਤੇ ਗੱਲਾਂ ਕਰਦਾ ਹੈ, ਕੋਈ ਰਿਖਬ ਤੇ, ਕੋਈ ਪੰਚਮ ਤੇ, ਕੋਈ ਕੁਛ ਗਾਉਂਦੇ ਵੀ ਹਨ, ਪਰ ਕਿਸੇ ਨੂੰ ਸਾਰ ਨਹੀਂ। ਤੈਨੂੰ ਕਿਵੇਂ ਸਾਰ ਹੈ ਕਿ ਆਹ ਆਵਾਜ਼ ਪੰਚਮ ਦੀ ਹੈ ਤੇ ਆਹ ਗੰਧਾਰ ਹੈ ਤੇ ਆ ਨਿਖਾਦ ਹੈ? ਕਿਵੇਂ ਤੂੰ ਆਖ ਦਿੰਦਾ ਹੈ ਕਿ ਆ ਰਾਮ ਕਲੀ ਹੈ? ਕਿਹੜੇ ਤਰਾਜੂ ਤੇ ਤੋਲਦਾ ਹੈ ਤੇ ਕਿਹੜੇ ਗਜ਼ ਨਾਲ ਮਿੰਤੀ ਕਰਦਾ ਹੈ? ਕਿਹੜੇ ਸ਼ੀਸ਼ੇ ਵਿੱਚ ਪਾ ਕੇ ਵੇਨਾ ਹੈ ਤੇ ਕਿਹੜੇ ਪਾਰਖੂ ਤੱਤ ਮੇਲ ਕੇ ਪਰਖਾਂ ਕਰਦਾ ਹੈ? ਤੇਰੇ ਅੰਦਰ ਤੇਰਾ ਆਪਾ ਕਿਸੇ ਜਾਂਚ ਨਾਲ ਆਪੇ ਦੱਸ ਦਿੰਦਾ ਹੈ ਕਿ ਆ ਤਾਂ ਕਾਨੜਾ ਹੈ ਤੇ ਆ ਕਲਿਆਣ ਹੈ, ਆ ਤਿੰਨ ਤਾਰ ਹੈ, ਆ ਚਾਰ। ਕਿਵੇਂ ਪਰਖਦਾ ਹੁੰਦਾ ਹੈ, ਦੱਸ ਤਾਂ ਸਹੀ। ਮਰਦਾਨਾ ਪਾਤਸ਼ਾਹ, ਇਹ ਤਾਂ ਕਈ ਸਮੇਂ ਗਾਉਂਦਿਆਂ ਅੰਦਰੋਂ ਸੁਰਤ ਜੋੜ ਜੋੜ ਫਰਕ ਸਮਝਦਿਆਂ ਸਿਝਾਣਦਿਆਂ ਕੋਈ ਆਪੇ ਸੋਝੀ ਹੋ ਆਈ। ਸਤਿਗੁਰ, ਠੀਕ ਹੈ ਮਰਦਾਨਿਆ, ਆਪੇ ਸੋਝੀ ਹੋ ਆਉਂਦੀ ਹੈ। ਰਬਾਬ ਉੱਤੇ ਤਾਂ ਤਾਰਾਂ ਹਨ, ਫਿਰ ਹਰ ਸੁਰ ਲਈ ਸੇਧ ਸਿੱਧੀ ਹੋਈ ਹੈ ਕਿ ਇੱਥੋਂ ਟੁਣਕਾਰਿਆਂ ਖਰਜ ਉੱਠਦੀ ਹੈ, ਇੱਥੇ ਪੰਚਮ, ਉਧਰ ਤੇਰੇ ਸੰਘ ਵਿੱਚੋਂ ਵੀ ਸਾਰੀਆਂ ਸੁਰਾਂ ਨਿਕਲਦੀਆਂ ਹਨ। ਦੱਸ ਤਾਂ ਸਹੀ ਉੱਥੇ ਕਿਹੜੀ ਕਿਹੜੀ ਥਾਂ ਸੁਰ ਰਿਖਬ ਗੰਧਾਰ ਲਈ ਲੱਭੀ ਹੈ ਤੇ ਕਿਹੜੀਆਂ ਉਂਗਲਾਂ ਨਾਲ ਸਰੀਰ ਦੇ ਕਿਸੇ ਟੁੰਕਾਰ ਦੇਣ ਵਾਲੇ ਵਸੀਲੇ ਨਾਲ ਟਿਕਾਣੇ ਸਿਆਣ ਸਿਆਣ ਕੇ ਪਰਦਿਆਂ ਨੂੰ ਥਰਥਰਾਹਟ ਵਿੱਚ ਲਿਆਉਂਦਾ ਹੈ? ਸੋਚ ਕੇ ਦੱਸੀ ਕਿ ਉਸੇ ਸੰਘ ਵਿੱਚੋਂ ਉਸੇ ਹਵਾ ਨਾਲ ਤੂੰ ਕੀਕੂ ਸਾਰੀਆਂ ਸੁਰਾਂ ਤੇ ਹਜ਼ਾਰਾਂ ਤਾਨਾਂ ਅੱਡੋ ਵੱਡੀ ਕੱਢ ਲੈਂਦਾ ਹੈ। ਤੈਨੂੰ ਬਈ ਕੀਕੂ ਅੰਦਰੋਂ ਹਰ ਟਿਕਾਣੇ ਦੀ ਸੋਝੀ ਸਿਆਣ ਆ ਗਈ ਹੈ। ਮਰਦਾਨਾ ਪਾਤਸ਼ਾਹ, ਗੱਲ ਤਾਂ ਡਾਢੀ ਆਖੀ ਨੇ, ਗਲੇ ਦੀਆਂ ਨਾਲੀਆਂ ਦੀ ਕੋਈ ਸੁਰਤ ਸੋਝੀ ਨਹੀਂ, ਕਦੇ ਉਹ ਟਿਕਾਣੇ ਦੇਖੇ ਵੀ ਨਹੀਂ ਕਿ ਜਿਨ੍ਹਾਂ ਤੋਂ ਸੱਤੇ ਸੁਰਾਂ ਤੇ ਤਾਨਾਂ ਪਈਆਂ ਕੱਢੀ ਦੀਆਂ ਹਨ। ਫੇਰ ਅਸਚਰਜ ਹੈ ਕਿ ਜੋ ਮਨ ਵਿੱਚ ਚਾਹੋ ਉਹ ਰਾਗ ਨਿਕਲਦਾ ਹੈ, ਉਹ ਤਾਨ ਉੱਠਦੀ ਹੈ, ਉਹ ਸੁਰ ਬੋਲਦੀ ਹੈ, ਸਮਝ ਨਹੀਂ ਪੈਂਦੀ ਕੀਕੂ? ਸਤਿਗੁਰੂ ਜੀ, ਫੇਰ ਹੈ ਨਾ ਕੋਈ ਅੰਦਰ ਜਾਚ, ਕੋਈ ਸਿਆਣ, ਕੋਈ ਸੋਝੀ ਜਿਸ ਨਾਲ ਤੂੰ ਰਾਗ ਦੀਆਂ ਸਾਰੀਆਂ ਗੱਲਾਂ ਦਾ ਪਾਰਖੂ ਹੈ ਤੇ ਆਪ ਹੁਨਰਿਆ ਹੈ ਕਿ ਚਾਹੇ ਅੰਦਰੋਂ ਰਾਗ ਕੱਢਦਾ ਹੈ ਤੇ ਉਂਝ ਨਾ ਤੇਰੇ ਸਾਹਮਣੇ ਪੱਟੀ ਹੈ, ਨਾ ਬੁਤਕਾ, ਨਾ ਕਾਗਤ ਹੈ, ਨਾ ਦੁਆਤ, ਨਾ ਹਕੀਮ ਦੀ ਹੱਟੀ ਹੈ, ਨਾ ਪਾਰਖੂ ਦਾ ਤਖਤਾ ਹੈ, ਨਾ ਮਿਣਤੀ ਦਾ ਨਿਸ਼ਾਨ ਹੈ, ਨਾ ਗਿਣਤੀ ਦਾ ਅੰਕ, ਆਪੇ ਨੂੰ ਆਪੋ ਵਿੱਚ ਕਾਈ ਸੋਝੀ ਹੈ
ਕੋਈ ਸਿਆਣ ਹੈ, ਕੋਈ ਜਾਚ ਹੈ ਕਿ ਆਪ ਆਪੇ ਸੁਰਾਂ ਦੇ ਸਾਰੇ ਪ੍ਰਕਾਰਾਂ ਵਿੱਚ ਗਮਕਾਂ ਮਾਰਦਾ ਤੇ ਰੰਗ ਰਲੀਆਂ ਖੇਡਦਾ ਹੈ, ਮਸਤ ਕਰ ਦਿੰਦਾ ਹੈ, ਮਸਤ ਹੋ ਜਾਂਦਾ ਹੈ, ਮਨ ਨੂੰ ਸੰਸਾਰ ਤੋਂ ਚੁੱਕ ਕੇ ਮਗਨਤਾਈ ਵਿੱਚ ਚਾੜ ਦਿੰਦਾ ਤੇ ਬਿਸਮਾਦੀ ਜਿਹਾ ਕਰ ਦਿੰਦਾ ਹੈ? ਦੱਸ, ਇਸ ਤਰ੍ਹਾਂ ਦੀ ਕੋਈ ਸੋਝੀ ਹੈ ਨਾ ਜਿਸ ਨੂੰ ਤੂੰ ਲੱਖਦਾ ਤਾਂ ਹੈ ਪਰ ਦੱਸ ਨਹੀਂ ਸਕਦਾ? ਮਰਦਾਨਾ, ਠੀਕ ਹੈ ਜੀ ਸਤਿਗੁਰੂ। ਤਿਵੇਂ ਭਾਈ, ਜਪਦਿਆਂ ਜਪਦਿਆਂ, ਸਿਮਰਦਿਆਂ ਸਿਮਰਦਿਆਂ, ਜੁੜਦਿਆਂ ਜੁੜਦਿਆਂ, ਆਪੇ ਨੂੰ ਆਪੇ ਵਿੱਚੋਂ ਅੰਦਰੋਂ ਮਿਹਰ ਨਾਲ ਇੱਕ ਸੋਝੀ ਹੋ ਆਉਂਦੀ ਹੈ। ਉਸ ਸੋਝੀ ਨਾਲ ਦਿਸਦਾ ਤੇ ਵਸਦਾ ਜੋ ਕੁਛ ਦਿਸ ਆਉਂਦਾ ਹੈ ਇਹ ਪੁਸ਼ਾਕਾ ਦੀਦਾ ਹੈ, ਤੇ ਪੁਸ਼ਾਕੇ ਦੇ ਵਿੱਚ ਕਰਤਾਰ ਮਾਲਕ ਤੇ ਪਾਲਕ ਆਪਣੇ ਜਲਾਲ ਤੇ ਜੋਬਣਾ ਵਿੱਚ ਦਮਕਾਂ ਮਾਰਦਾ, ਅਡੋਲ ਵੀ ਚੋਜ ਕਰਦਾ ਵੀ ਦਿਸ ਪੈਂਦਾ ਹੈ। ਦਿਸ ਪੈਂਦਾ ਆਖੀਏ ਕਿ ਕੁਛ ਹੋਰ ਸੋਝੀ ਹੋ ਆਉਂਦੀ ਹੈ, ਇੱਕ ਸਿਆਣ ਜਾਗ ਪੈਂਦੀ ਹੈ, ਰੱਬ ਹੀ ਰੱਬ ਦਾ ਜਲਵਾ ਝਲਕੇ ਮਾਰਦਾ ਪ੍ਰਤੀਤ ਦਿੰਦਾ ਹੈ। ਸੋਰਠ ਮਹਿਲਾ ਪਹਿਲਾ। ਅਲੱਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨ ਕਰਮਾ, ਜਾਤ ਅਜਾਤ ਅਜੂਨੀ ਸੰਭਉ, ਨਾ ਤਿਸ ਭਾਉ ਨ ਭਰਮਾ, ਸਾਚੇ ਸਚਿਆਰ ਵਿਟੋਂ ਕੁਰਬਾਨ, ਨਾ ਤਿਸ ਰੂਪ ਵਰਣ ਨਹੀਂ ਰੇਖਿਆ, ਸਾਚੈ ਸਬਦ ਨਿਸ਼ਾਨ ਰਹਾਉ, ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਤਿਸ ਕਾਮ ਨਾ ਨਾਰੀ, ਅਕੁਲ ਨਿਰੰਜਨ ਅਪਰ ਪਰੰਪਰ, ਸਗਲੀ ਜੋਤ ਤੁਮਾਰੀ, ਘਟ ਘਟ ਅੰਤਰ ਬ੍ਰਹਮ ਲੁਕਾਇਆ, ਘਟ ਘਟ ਜੋਤ ਸਬਾਈ, ਬਜਰ ਕਪਾਟ ਮੁਕਤੇ ਗੁਰਮਤੀ, ਨਿਰਭੈ ਤਾੜੀ ਲਾਈ, ਜੰਤ ਉਪਾਏ ਕਾਲ ਸਿਰ ਜੰਤਾ, ਵਸਗਤ ਜੁਗਤ ਸਬਾਈ, ਸਤਿਗੁਰ ਸੇਵ ਪਦਾਰਥ ਪਾਵੇ, ਛੂਟੇ ਸ਼ਬਦ ਕਮਾਈ, ਸੂਚੈ ਭਾਂਡੈ ਸਾਚ ਸਮਾਵੈ, ਵਿਰਲੇ ਸੂਚਾ ਚਾਰੀ, ਤੰਤੈ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਣ ਤੁਮਾਰੀ। ਮਰਦਾਨਾ ਹਉਕਾ ਲੈ ਕੇ ਪਾਤਸ਼ਾਹ, ਕਦੇ ਮੇਰੀ ਸੁਰਤ ਨੂੰ ਵੀ ਇਹ ਸਿਆਣ ਆਵੇ, ਕਦੇ ਰਾਗ ਦੀਆਂ ਸੁਰਾਂ ਵਾਂਗੂ ਇਸ ਸੁਰ ਦੀ ਵੀ ਸੁਰਤ ਹੋ ਆਵੇ। ਹੈ ਜੀ, ਤੁਸੀਂ ਗੁਰੂ ਹੋ, ਖੋਲੋ ਨਾ ਬਜਰ ਕਪਾਟ, ਗੱਲ ਸਮਝੇ ਆਉਂਦੀ ਹੈ ਪਰ ਕੀ ਕਰਾਂ। ਸਤਿਗੁਰ ਮਰਦਾਨਿਆ, ਹੁਣ ਰਾਤ ਬਹੁਤ ਹੋ ਗਈ ਹੈ, ਸੌਂ ਰਹੋ, ਕੱਲ ਤੈਨੂੰ ਇਸ ਗੱਲ ਦੀ ਹੋਰ ਸੋਝੀ ਆ ਜਾਸੀ ਕਿ ਇੱਕ ਦ੍ਰਿਸ਼ਟ ਹੈ ਅੰਦਰ ਜੋ ਸਾਰੀਆਂ ਸੋਝੀਆਂ ਦੀ ਮਾਂ ਹੈ, ਜੇ ਉਸ ਦੀ ਲੋੜ ਹੈ ਤਾਂ ਬਈ ਗੁਰਮੁਖ ਨਾਮ ਜਪਿਆ ਕਰਨਿਤ। ਮਰਦਾਨਾ ਮੱਥਾ ਟੇਕ ਕੇ ਕੁਛ ਦੂਰ ਭੁੰਝੇ ਲੇਟ ਗਿਆ ਤੇ ਤਾਰੇ ਗਿਣਦਾ ਤੇ ਉਹਨਾਂ ਵਿੱਚ ਰੱਬ ਦਾ ਝਲਕਾ ਦੇਖਣ ਦਾ ਧਿਆਨ ਕਰਦਾ ਕਰਦਾ ਸੌਂ ਗਿਆ। ਇੱਕ ਰੌਣਕੀ ਨਗਰ ਦੇ ਸੋਹਣੇ ਮਹੱਲ ਦੇ ਅੰਦਰ ਇੱਕ ਸ਼ਾਹ ਤੇ ਨੌਕਰ ਗੱਲਾਂ ਕਰ ਰਹੇ ਹਨ। ਅਧਰਕਾ, ਮੇਰੇ ਮਾਲਕ ਜੀ, ਆਪ ਦੀ ਸੇਵਾ ਵਿੱਚ ਉਮਰਾਂ ਦਾ ਇੱਕ ਹਿੱਸਾ ਲੰਘ ਗਿਆ ਹੈ। ਹੀਰੇ, ਲਾਲ, ਪੰਨੇ, ਫਿਰੋਜ਼ੇ, ਨੀਲਮ, ਪੁਖਰਾਜ, ਲਸਨੀਏ, ਗੋਮੇਦ, ਗੁਲੀਆਂ, ਨਵੇਂ ਰਤਨ ਤੇ 84 ਸੰਗ ਆਪ ਦੇ ਪਾਸ ਹਨ। ਰੋਜ਼ ਆਪ ਖੋਲਦੇ, ਵੇਚਦੇ, ਖਰੀਦਦੇ ਹੋ ਤੇ ਡੱਬੇ ਗੰਢਾਂ ਮੈਂ ਬੰਨਦਾ ਸਾਂਭਦਾ ਹਾਂ। ਮੈਨੂੰ ਸੋਝੀ ਕੋਈ ਨਹੀਂ ਆਉਂਦੀ ਕਿ ਖਰੇ ਖੋਟੇ ਪਰਖ ਲਿਆ ਕਰਾਂ। ਨਾ ਰੰਗ, ਨਾ ਨੀਰ, ਨਾ ਜ਼ਾਤ, ਨਾ ਵਨ ਮੇਰੀ ਸਮਝ ਵਿੱਚ ਪੈਂਦੀ ਹੈ। ਸੁਣਦਾ ਮੈਂ ਨਿੱਤ ਸਾਰਾ ਕੁਛ ਹਾਂ। ਸਾਲਸ ਰਾਏ, ਅਦਰਕੇ, ਇਹ ਦ੍ਰਿਸ਼ਟੀ ਹੈ, ਕੋਈ ਲੇਖਾ ਨਹੀਂ ਕਿ ਕਿਸੇ ਪਹਾੜੇ ਪੜਾ ਕੇ ਜੋੜ ਬਾਕੀ ਗੁਣਾ ਸਿਖਾ ਦੇਣਾ ਹੈ। ਦੇਖਦਾ ਰਿਹਾ ਕਰ, ਦੇਖਦਾ ਰਿਹਾ ਕਰ, ਦੇਖਦਾ ਰਿਹਾ ਕਰ, ਕਦੇ ਕੋਈ ਛਿੰਨ ਆਵੇਗੀ ਕਿ ਤੇਰੀ ਨਜ਼ਰ ਟਿਕ ਜਾਵੇਗੀ।
ਰਤਨ ਸੰਗ ਤੇ ਕੱਚ ਬਲੌਰ ਦੀ ਪਰਖ ਤੇਰੇ ਅੰਦਰੋਂ ਹੋ ਆਵੇਗੀ, ਫਿਰ ਤੂੰ ਪਰਖਿਆ ਕਰੇਗਾ ਤੇ ਮੁਸਕਰਾਇਆ ਕਰੇਗਾ। ਅਦਰਕਾ, ਪਰ ਸੁਆਮੀ ਜੀ, ਜਿਵੇਂ ਹੋਰ ਵਿਦਿਆ ਉਸਤਾਦ ਪੜ੍ਹਾਉਂਦੇ ਹਨ, ਇਸ ਵਿਦਿਆ ਦਾ ਕੋਈ ਸੁਝਾਊ ਰਸਤਾ ਤੇ ਸੋਝੀ ਸਿੱਖਿਆ ਨਹੀਂ? ਸਾਲਸ, ਸਭੋ ਕੁਛ ਹੈ ਤੇ ਤੈਨੂੰ ਪ੍ਰਾਪਤ ਹੈ, ਹੋਰਨਾਂ ਵਿਦਿਆ ਦੀ ਜੁਗਤ ਬਾਹਰੋਂ ਪਰਖ ਕਰਨ ਦੀ ਹੈ, ਸਿੱਟੇ ਸਿਧਾਂਤ ਕੱਢਣ ਦੀ ਹੈ, ਖਟਾਸ ਵਿੱਚ ਕੁਛ ਪਾਇਆ ਜੇ ਸੂ ਸੂ ਕਰ ਉੱਠੇ ਤਾਂ ਸਮਝ ਲੀਤਾ ਕਿ ਜੋ ਸ਼ੈ ਇਸ ਵਿੱਚ ਪਾਈ ਸੀ ਉਹ ਸ਼ੈ ਖਾਰ ਸੀ। ਇਹ ਇੱਕ ਤਰੀਕਾ ਹੈ, ਪਰ ਇਸ ਵਿਦਿਆ ਦਾ ਤਰੀਕਾ ਜੋ ਤੂੰ ਪੁੱਛ ਰਿਹਾ ਹੈ ਅੰਦਰੋਂ ਆਪੇ ਨਾਲ ਆਪੇ ਸਿਆਣ ਪਛਾਣ ਦਾ ਹੈ, ਇਹ ਹੋਰ ਤਰ੍ਹਾਂ ਦਾ ਹੈ। ਇਸ ਤਰ੍ਹਾਂ ਇੱਕ ਰਸੋਈਆ ਸੇਰ ਦਾਲ ਪਾਉਂਦਾ ਹੈ, ਫਿਰ ਤੋਲ ਕੇ ਪਾਣੀ ਪਾਉਂਦਾ ਹੈ, ਫਿਰ ਹਿਸਾਬ ਨਾਲ ਤੋਲ ਕੇ ਲੂਣ ਪਾਉਂਦਾ ਹੈ, ਜਦੋਂ ਦਾਲ ਨੂੰ ਰਿੰਨ ਲੈਂਦਾ ਹੈ ਤਾਂ ਉਹ ਠੀਕ ਉੱਤਰਦੀ ਹੈ। ਦੂਸਰਾ ਤਰੀਕਾ ਇਹ ਹੈ ਕਿ ਇੱਕ ਤ੍ਰੀਮਤ ਪਾਣੀ ਧਰਦੀ ਹੈ, ਉਸ ਵਿੱਚ ਦਾਲ ਪਾ ਕੇ ਵੇਖਦੀ ਹੈ ਤੇ ਆਖਦੀ ਹੈ ਠੀਕ ਹੈ, ਫਿਰ ਲੂਣ ਤਲੀ ਤੇ ਲੈ ਕੇ ਇੱਕ ਨਜ਼ਰ ਦਾਲ ਵਿੱਚ ਤੇ ਇੱਕ ਪਾਣੀ ਬੰਨੇ ਪਾਉਂਦੀ ਹੈ ਤੇ ਆਖਦੀ ਹੈ ਠੀਕ ਹੈ, ਲੂਣ ਝੱਟ ਵਿੱਚ ਪਾ ਦਿੰਦੀ ਹੈ, ਜਦੋਂ ਦਾਲ ਰਿੱਝ ਜਾਂਦੀ ਹੈ ਤਾਂ ਦੇਖੋ ਲੂਣ ਪਾਣੀ ਪੂਰਾ ਉਤਰਦਾ ਹੈ। ਦੱਸ ਅਧਰਕੇ, ਇਸਨੇ ਕੀਕੂ ਸਿਆਣ ਲਿਆ ਕਿ ਲੂਣ ਪੂਰਾ ਹੋਵੇਗਾ? ਇਹ ਤਰੀਕਾ ਹੈ ਦ੍ਰਿਸ਼ਟੀ ਦਾ, ਉਹ ਪਹਿਲਾ ਤਰੀਕਾ ਹੈ ਦ੍ਰਿਸ਼ਟਮਾਨੀ ਪਰਖ ਦਾ। ਇੱਕ ਤਰੀਕਾ ਹੋਰ ਸੁਣੀਦਾ ਹੈ, ਦ੍ਰਿਸ਼ਟਾ ਦਾ ਉਹ ਡਿੱਠਾ ਨਹੀਂ ਸੁਣਿਆ ਹੈ, ਜਵਾਹਰਾਤ ਦੇ ਤੋਲ ਤੇ ਕੰਮ ਵਿੱਚ ਜੋ ਰੱਤੀ ਚੌਲ ਆਦਿ ਦਾ ਤਰੀਕਾ ਹੈ, ਇਹ ਹੈ ਦ੍ਰਿਸ਼ਟਮਾਨੀ ਪਰਖ ਦਾ। ਪਰ ਜਵਾਹਰਾਤ ਦੀ ਜਾਤ ਪਾਣੀ ਆਦਿ ਦੀ ਪਰਖ ਦ੍ਰਿਸ਼ਟੀ ਦਾ ਤਰੀਕਾ ਹੈ। ਬੱਚਾ ਵੇਖਿਆ ਕਰ, ਮੈਂ ਜਿਵੇਂ ਅੱਖਾਂ ਅੱਗੇ ਰੱਖ ਕੇ ਵੇਖਦਾ ਹਾਂ ਤਿਵੇਂ ਤੂੰ ਵੀ ਕਰਿਆ ਕਰ, ਤੇਰੀ ਨਜ਼ਰ ਵੀ ਪਾਰਖੂ ਹੋ ਜਾਏਗੀ। ਅਧਰਕਾ ਠੰਡਾ ਸਾਹ ਭਰ ਕੇ ਡੂੰਘਾ ਅੰਦਰੋਂ ਗੁੰਮ ਹੋ ਕੇ, ਅੱਛਾ ਛਾ ਜੀ, ਅੱਜ ਕੁਝ ਹੀ ਜੁੜਿਆ ਹੈ ਤੂੰ ਸਾਡੀ ਮਿਹਰ ਨਾਲ ਦੀਦੇ ਖੁੱਲ ਆਸਣ। ਸਾਲਸ, ਦੇਖਿਆ ਕਰ, ਦੇਖਿਆ ਕਰ, ਦੇਖਿਆ ਕਰ। ਇਸ ਵੇਲੇ ਇੱਕ ਨੌਕਰ ਹੇਠੋਂ ਆਇਆ ਤੇ ਆਖਣ ਲੱਗਾ ਕਿ ਦੁਕਾਨ ਤੇ ਇੱਕ ਪਰਦੇਸੀ ਨਵੀਂ ਵਨ ਦਾ ਆਇਆ ਖੜਾ ਹੈ ਤੇ ਕੋਈ ਸੌਦਾ ਵੇਚਣ ਨੂੰ ਕਾਲਾ ਹੈ। ਇਹ ਸੁਣ ਕੇ ਸ਼ਾਹ ਤੇ ਅਧਰਕਾ ਹੇਠਾਂ ਹੱਟੀ ਪਰ ਆ ਗਏ ਤੇ ਹੱਟੀ ਪਰ ਆਏ ਬੈਠੇ ਆਦਮੀ ਨਾਲ ਗੱਲਾਂ ਤੁਰ ਪਈਆਂ। ਆਓ ਜੀ, ਸੇਠ ਜੀ, ਕਿਸ ਦੇਸ਼ ਤੋਂ ਆਏ, ਕੀ ਮਾਲ ਲਿਆਏ? ਮਰਦਾਨਾ, ਮਦਰ ਦੇਸ਼ ਤੋਂ ਆਏ, ਜਿੱਥੇ ਪੰਜ ਨਦ ਵਗਦੇ ਹਨ ਤੇ ਇੱਕ ਲਾਲ ਜਿਹੀ ਗੀਟੀ ਵੇਚਣ ਆਏ ਹਾਂ, ਜੇ ਚਾਰ ਕੌਡਾਂ ਚਾਹ ਦਿਓ ਤਾਂ ਅੰਨ ਪਾਣੀ ਹੋ ਜਾਏ। ਸਾਲਸ, ਦਰਸ਼ਨ ਕਰਾਓ। ਮਰਦਾਨੇ ਨੇ ਇੱਕ ਪੋਟਲੀ ਖੋਲ ਕੇ ਪੰਜ ਛੇ ਮਾਸੇ ਦੀ ਚਮਕਦੀ ਚਮਕਦੀ ਲਾਲੋ ਲਾਲ ਗੀਟੀ ਜਿਹੀ ਅੱਗੇ ਧਰ ਦਿੱਤੀ। ਸਾਲਸ ਰਾਏ ਹੱਛੂ ਤਰ੍ਹਾਂ ਪਰਤ ਪਰਤ ਕੇ ਦੇਖ ਕੇ, ਸ਼ੁਕਰ ਹੈ ਧੰਨ। ਉਸਤਾਦਾਂ ਦੇ ਵਾਰੇ ਵਾਰੇ ਜਾਈਏ। ਅਧਰਕੇ, ਬੱਚਾ 100 ਰੁਪਇਆ ਲੈ ਆਓ। ਅਧਰਕਾ 100 ਰੁਪਇਆ ਲੈ ਆਇਆ। ਸਾਲਸ ਮਰਦਾਨੇ ਅੱਗੇ ਧਰ ਕੇ, ਲਓ ਮਹਾਰਾਜ ਜੀ, ਤੇ ਇਹ ਲਓ ਆਪਣਾ ਲਾਲ, ਸੰਭਾਲ ਕੇ ਪੋਟਲੀ ਵਿੱਚ ਬੰਨ ਲੈਣਾ। ਮਰਦਾਨਾ, ਤੇ 100 ਰੁਪਇਆ ਕਿਸ ਗੱਲ ਦਾ ਹੈ? ਸਾਲਸ ਚੰਗੀ ਤਰ੍ਹਾਂ ਮਰਦਾਨੇ ਵੱਲ ਤੱਕ ਕੇ, ਇਹ 100 ਰੁਪਇਆ ਇਸ ਦੀ ਦਰਸ਼ਨ ਭੇਟਾ ਹੈ। ਮਾਲੂਮ ਹੁੰਦਾ ਹੈ ਇਹ ਸ਼ੈ ਕਿਸੇ ਜੌਹਰੀ ਦੀ ਹੈ ਤੇ ਤੁਹਾਨੂੰ ਉਸ ਨੇ ਦੇ ਕੇ ਸ਼ਹਿਰ ਦੇ ਜੌਹਰੀਆਂ ਦੀ ਪਰਖ ਵਾਸਤੇ ਕੱਲਿਆ ਹੈ, ਨਹੀਂ ਤਾਂ ਇਹ ਲਾਲ ਕੌਣ ਵੇਚਦਾ ਹੈ? ਇਹ ਸੁਭਾਗ ਹੈ ਜਿਸ ਨੇ ਰੰਗ ਦਾ ਇੰਨਾ ਚੂਹਚੂਹਾ ਤੇ ਨੀਰ ਦਾ ਇੰਨਾ ਸਾਫ਼ ਤੇ ਵੱਡਾ ਲਾਲ ਜ਼ਿੰਦਗੀ ਵਿੱਚ ਵੇਖ ਲਿਆ ਹੋਵੇ। ਉਸਤਾਦ ਸਾਡੇ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਇਸ ਪ੍ਰਕਾਰ ਦੇ ਲਾਲ ਦੀ ਸੋ ਅਸਾਂ ਅੱਜ ਅੱਖੀਂ ਤੱਕਿਆ ਹੈ। ਉਹ ਆਖਦੇ ਹੁੰਦੇ ਸਨ ਕਿ ਇਸ ਪਾਏ ਦਾ ਰਤਨ ਜਦ ਦੇਖੋ ਤਾਂ ਪਹਿਲਾਂ ਦਰਸ਼ਨ ਭੇਟਾ ਕਰੋ। ਮੁੱਲੋਂ ਇਹ ਲਾਲ ਇੰਨੇ ਮੁੱਲ ਵਾਲਾ ਹੈ ਕਿ ਅਮੁੱਲ ਹੈ। ਸੋ ਅਸਾਂ ਉਹਨਾਂ ਉਸਤਾਦਾਂ ਦੀ ਮੱਤ ਕਮਾਈ ਹੈ, ਆਪ ਇਹ ਦਰਸ਼ਨ ਭੇਟਾ ਲੈ ਜਾਓ। ਅਧਰਕਾ, ਸ਼ਾਹ ਜੀ, ਜਰਾ ਮੈਨੂੰ ਵੀ ਦਿਖਾਉਣਾ ਇਹ ਲਾਲ। ਸਾਲਸ, ਲਓ ਬੱਚਾ ਵੇਖੋ। ਅਧਰਕਾ ਵੇਖ ਵੇਖ ਕੇ, ਸ਼ਾਹ ਜੀ,
ਅੱਜ ਤਾਂ ਮੈਂ ਵੀ ਕੁਛ ਅੱਖ ਵਾਲਾ ਹੋ ਗਿਆ ਹਾਂ। ਸੱਚਮੁੱਚ ਇਹ ਬੜੀ ਸੁੱਚੀ ਬੇਰਗ ਡਾਢੀ ਸੁਥਰੀ ਸ਼ੈ ਹੈ, ਮੈਂ ਕਦੇ ਇਹ ਡਲਕ ਇਹ ਪਾਣੀ ਦੀ ਝਾਲ ਨਹੀਂ ਸੀ ਤੱਕੀ। ਮਰਦਾਨਾ, ਸ਼ਾਹ ਜੀ ਮੈਨੂੰ ਜਦ ਇਹ ਗੀਟੀ ਮਾਲਕ ਨੇ ਦਿੱਤੀ ਸੀ ਤਾਂ ਮੈਂ ਮਾਲਕ ਦੀ ਮਸ਼ਕਰੀ ਸਮਝੀ ਸੀ, ਫਿਰ ਮੈਂ ਕਿਹਾ ਸ਼ੌਕੀਨਾਂ ਦਾ ਸ਼ਹਿਰ ਹੈ, ਕੋਈ ਬਾਲਾਂ ਦੀ ਖੇਡ ਲਈ ਲੈ ਲਏਗਾ ਤੇ ਪੇਟ ਪਰ ਅੰਨ ਮਿਲ ਜਾਏਗਾ। ਪਰ ਜਦ ਮੈਂ ਪਹਿਲੇ ਦੁਕਾਨਦਾਰ ਨੂੰ ਦਿੱਤੀ ਤਾਂ ਉਸ ਨੇ ਇੱਕ ਮੂਲੀ ਦੇ ਕੇ ਕਿਹਾ ਬਈ ਇਹ ਲੈ ਲੈ, ਸਾਡੇ ਬਾਲ ਇਸ ਨਾਲ ਦੋ ਘੜੀਆਂ ਖੇਡ ਲੈਣਗੇ। ਮੈਂ ਕਿਹਾ ਦੋ ਚਾਹ ਦੇ ਤਾਂ ਉਸ ਨੇ ਨਾ ਦਿੱਤੀਆਂ। ਫਿਰ ਇੱਕ ਹਲਵਾਈ ਦੇ ਗਿਆ ਤਾਂ ਉਸ ਸੇਰ ਮਠਿਆਈ ਨਾ ਦਿੱਤੀ ਤੇ ਇੱਕ ਬਜਾਜ ਦੇ ਜਾ ਖੜੋਤਾ ਤਾਂ ਉਸ ਦੋ ਗਜ ਖੱਦਰ ਹੀ ਦੇਣ ਨੂੰ ਕਿਹਾ। ਜਦ ਮੈਂ ਪੈਸੀ ਮੰਗੀ ਤਾਂ ਉਸ ਕਿਹਾ ਕਿਸੇ ਸਰਾਫ ਪਾਸ ਜਾ। ਫਿਰ ਮੈਂ ਦੋ ਚਾਰ ਹੱਟੀ ਗਿਆ, ਮੁੱਲ ਵੱਧ ਵੱਧ ਪੈਂਦਾ ਰਿਹਾ। ਇਸ ਦੇ ਵੱਧ ਮੁੱਲ ਹੋਣ ਦਾ ਮੈਨੂੰ ਹੁਣ ਸੰਸਾ ਹੋ ਗਿਆ ਤਾਂ ਮੈਂ ਢੂੰਡਦਾ ਢੂੰਡਦਾ ਆਪ ਦੇ ਪਾਸ ਆਇਆ। ਆਪ ਨੇ ਮੁੱਲ ਅਮੁੱਲ ਆਖਿਆ ਹੈ ਤੇ ਦਰਸ਼ਨ ਭੇਟਾ 100 ਦਿੱਤਾ ਹੈ, ਇਹ ਮੈਂ ਨਹੀਂ ਲੈਂਦਾ। ਸਾਲਸ, ਤੁਸੀਂ 100 ਰੁਪਇਆ ਤੇ ਲਾਲ ਆਪਣੇ ਸ਼ਾਹ ਪਾਸ ਲੈ ਜਾਓ, ਜੇ ਉਹਨਾਂ ਵੇਚਣਾ ਹੀ ਹੋਇਆ ਤਾਂ ਫੇਰ ਆ ਜਾਣਾ, ਮੁੱਲ ਕਰ ਲਵਾਂਗੇ, ਪਰ ਇਸ ਸ਼ੈ ਦਾ ਮੁੱਲ ਅਮੁੱਲ ਹੈ। ਮਰਦਾਨਾ, ਸ਼ਾਹ ਜੀ ਮੈਂ ਰਾਤ ਦਾ ਭੁੱਖਾ ਹਾਂ ਤੇ ਮੇਰੇ ਮਾਲਕ ਜੀ ਭੁੱਖੇ ਤਾਂ ਨਹੀਂ, ਪਰ ਅੰਨ ਉਹਨਾਂ ਵੀ ਨਹੀਂ ਪਾਇਆ। ਹੁਕਮ ਇਹ ਸੀ ਕਿ ਇਸ ਨੂੰ ਵੇਚ ਕੇ ਭੋਜਨ ਲੈ ਆਓ। ਸਾਲਸ, ਤੁਸੀਂ ਇਹ ਲੈ ਜਾਓ, ਭੋਜਨ ਵੀ ਪਹੁੰਚ ਜਾਏਗਾ, ਸਾਨੂੰ ਪਤਾ ਦੱਸ ਜਾਓ, ਫਿਕਰ ਨਾ ਕਰੋ। ਅਸੀਂ ਵਪਾਰੀ ਲੋਕ ਹਾਂ ਤੇ ਆਪ ਦਾ ਸ਼ਾਹ ਬਹੁਤ ਵੱਡਾ ਵਪਾਰੀ ਜਾਪਦਾ ਹੈ ਤੇ ਉੱਚੀ ਨਜ਼ਰ ਵਾਲਾ ਲੱਗਦਾ ਹੈ, ਉਹ ਸਾਡੀ ਗੱਲ ਤੇ ਖੁਸ਼ ਹੋਵੇਗਾ, ਨਾਰਾਜ਼ ਨਹੀਂ ਹੋਣ ਲੱਗਾ। ਮਰਦਾਨਾ, ਜ਼ਰਾ ਮੱਥਾ ਵੱਟ ਕੇ, ਪਤਾ ਨਹੀਂ, ਵੱਡਾ ਤਾਂ ਜ਼ਰੂਰ ਹੈ ਆਪਣੇ ਆਪ ਨਾਲ, ਪਰ ਜੇ ਵਪਾਰੀ ਹੁੰਦਾ ਤਾਂ ਦੇਸ਼ ਵਿਦੇਸ਼ ਭਾਉਣ ਦੀ ਕੀ ਲੋੜ ਸੀ, ਘਰ ਬੈਠਾ ਹੀ ਅਮੀਰ ਹੋ ਜਾਂਦਾ। ਅੱਛਾ ਚੱਲਦੇ ਹਾਂ। 100 ਰੁਪਇਆ ਤੇ ਲਾਲ ਲੈ ਕੇ ਮਰਦਾਨਾ ਸਤਿਗੁਰੂ ਜੀ ਪਾਸ ਪੁੱਜਾ। ਸਤਿਗੁਰੂ ਦੇਖ ਕੇ ਹੱਸੇ ਤੇ ਮਰਦਾਨੇ ਨੇ ਲਾਲ ਤੇ ਰੁਪਈਏ ਅੱਗੇ ਧਰੇ ਤੇ ਆਖਿਆ, ਆ ਲਓ ਆਪਣਾ ਤਲਿਸਮ। ਕਿਸੇ ਥਾਂ 2 ਮੂਲੀਆਂ ਮੁੱਲ ਨਹੀਂ ਪੈਂਦਾ ਤੇ ਕਿਸੇ ਥਾਂ 100 ਰੁਪਇਆ ਦਰਸ਼ਨ ਭੇਟਾ ਤੇ ਮੁੱਲੋਂ ਅਮੋਲਕ। ਸਤਿਗੁਰ ਮਰਦਾਨਿਆਂ, ਅਮੋਲਕ ਚੀਜ਼ਾਂ ਦਾ ਇਹੋ ਹਾਲ ਹੁੰਦਾ, ਦ੍ਰਿਸ਼ਟੀ ਵਾਲੀ ਥਾਂ ਅਮੋਲਕ ਹਨ ਤੇ ਨਾ ਦ੍ਰਿਸ਼ਟੀ ਵਾਲੀ ਥਾਂ ਮੁੱਲ ਰਹਿਤ ਹਨ। ਉੱਚੀ ਦ੍ਰਿਸ਼ਟੀ ਮੂਲ ਹੈ, ਜਿਸ ਨੂੰ ਸੋਝੀ ਸਿਆਣਪ ਨਹੀਂ ਸੀ ਉਸ ਮੂਲੀ ਮੁੱਲ ਪਾਇਆ, ਜਿਸ ਦੇ ਨੈਣ ਸਨ ਉਸ ਅਮੋਲਕ ਦੱਸਿਆ। ਇਹ 100 ਰੁਪਇਆ ਉਸ ਦੀ ਅੰਦਰਲੀ ਦ੍ਰਿਸ਼ਟੀ ਦੀ ਕਦਰ ਹੈ, ਪਰ ਸਾਡਾ ਹੱਕ ਕਾਈ ਨਹੀਂ ਕਿ ਬਿਨਾਂ ਕੋਈ ਮਾਲ ਦਿੱਤੇ ਮੁੱਲ ਲਵੀਏ। ਜਾਓ ਇਹ ਮੋੜਿਆ। ਮਰਦਾਨਾ ਥੱਕਾ ਟੁੱਟਾ ਸੀ ਪਰ ਜਾਣਦਾ ਸੀ ਕਿ 100 ਰੁਪਇਆ ਅਨਹੱਕਾ ਹੈ ਤੇ ਗੁਰੂ ਜੀ ਨੇ ਲੈਣਾ ਨਹੀਂ, ਸੋ ਚਾਹੇ ਅਣਚਾਹੇ ਦੇਣ ਲਈ ਮੁੜ ਗਿਆ। ਸਤਿਗੁਰੂ ਜੀ ਉਸੇ ਜੰਗਲ ਵਿੱਚ ਪਰਮੇਸ਼ਰ ਦੇ ਪਿਆਰ ਵਿੱਚ ਬੈਠੇ ਕਿਸੇ ਡਾਢੀ ਮਿੱਠੀ ਲਹਿ ਵਿੱਚ ਗਾਉਂਦੇ ਰਹੇ ਸਨ, ਕਿਆ ਸਾਲਾਹੀ ਅਗਮ ਅਪਾਰੈ ਸਾਚੇ ਸਿਰਜਣ ਹਾਰ ਮੁਰਾਰੈ, ਜਿਸ ਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੈ ਮੇਲਾਈ ਹੈ। ਇਸ ਵੇਲੇ ਹਦਰਕਾ ਭੋਜਨ ਪਕਵਾਨ ਲੈ ਕੇ ਪੁੱਜ ਗਿਆ ਤੇ ਇਸ ਮਿੱਠੀ ਧੁਨ ਤੇ ਮਸਤ ਹੋ ਕੇ ਪਚੱਕ ਰਹਿ ਗਿਆ। ਨਜ਼ਰ ਬੱਜ ਗਈ ਤੇ ਕੋਈ ਡੂੰਘੀ ਖਿੱਚ ਵੱਜਣ ਲੱਗ ਪਈ, ਜੌਹਰੀ ਹੋਣ ਦਾ ਖਿਆਲ ਭੁੱਲ ਗਿਆ ਤੇ ਆਪ ਆਪੇ ਤੋਂ ਬਾਹਰ ਹੋ ਕੇ ਕਿਸੇ ਵਿਸਮਾਦ ਵਿੱਚ ਝੂਮਣ ਲੱਗ ਪਿਆ। ਜਦੋਂ ਗੁਰੂ ਜੀ ਦਾ ਸ਼ਬਦ ਮੁੱਕਾ ਤਾਂ ਪ੍ਰਸ਼ਾਦ ਅੱਗੇ ਰੱਖ ਕੇ ਪੈਰਾਂ ਤੇ ਟਹਿ ਪਿਆ। ਇਹ ਨਾਥ, ਰੱਖ ਲੈ, ਮੈਂ ਜੌਹਰੀ ਜਾਣ ਕੇ ਆਇਆ ਸਾਂ, ਪਰ ਤੁਸੀਂ ਨਾਰਾਇਣ ਦਾ ਰੂਪ ਹੋ ਦਿਸੇ ਹੋ, ਤੁਸਾਂ ਵਿੱਚ ਜੋਤ ਚਮਕਾਰੇ ਮਾਰਦੀ ਹੈ, ਤੁਸਾਂ ਵਿੱਚੋਂ ਅੰਮ੍ਰਿਤ ਦੀ ਮਿਠਾਸ ਤੇ ਖੁਸ਼ਬੋ ਲਹਿਰੇ ਮਾਰਦੀ ਹੈ। ਹੇ ਰੱਬੀ ਰੰਗ ਵਾਲੇ, ਦਰਸ਼ਨ ਵੀ ਦਿੱਤਾ ਨੇ, ਸੋਝੀ ਵੀ ਦਿੱਤੀ ਨੇ, ਮੇਲ ਲਓ ਚਿਰੀ ਵਿਛੁੰਨੇ ਨੂੰ ਮੇਲ ਲਓ। ਮਰਦਾਨਾ ਹੁਣ ਜੌਹਰੀ ਦੇ ਘਰ ਰੁਪਈਏ ਸੱਟ ਕੇ ਆ ਗਿਆ ਤੇ ਜੌਹਰੀ ਇਹ ਪਰਮ ਤਿਆਗ ਦੇਖ ਕੇ ਮਗਰੇ ਮਗਰ ਆਇਆ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਅਸਚਰਜ ਹੋ ਗਿਆ, ਚਰਨ ਵੰਦਨਾ ਕੀਤੀ, ਸਤਿਗੁਰੂ ਜੀ ਨੇ ਆਦਰ ਦਿੱਤਾ, ਬੈਠ ਗਿਆ।
ਤੇ ਬੋਲਿਆ, ਲਾਲ ਆਪ ਦਾ ਵੇਖ ਕੇ ਚਿੱਤ ਬਹੁਤ ਪ੍ਰਸੰਨ ਹੋਇਆ ਹੈ ਤੇ ਹੁਣ ਆਪ ਦੇ ਦਰਸ਼ਨ ਕਰਕੇ ਹੋਰ ਵੀ ਆਨੰਦ ਹੋਇਆ ਹੈ। ਆਸ਼ਚਰਜ ਹੋ ਰਿਹਾ ਹਾਂ। ਆਪ ਦਾ ਦੇਸ਼ ਨਾਮ? ਸਤਿਗੁਰ, ਦੇਸ਼ ਨਿਰੰਕਾਰ, ਨਾਮ ਨਿਰੰਕਾਰੀ। ਸਾਲਸ ਗਊ ਨਾਲ ਤੱਕ ਕੇ ਤੇ ਖਿੱਚ ਖਾ ਕੇ ਕੁਛ ਸਾਨੂੰ ਵੀ ਨਿਰੰਕਾਰ ਦੀ ਸੋਝੀ ਪਾਓ। ਸਤਿਗੁਰ, ਜੈ ਦੇਖਾ ਤੈ ਦੀਨ ਦਿਆਲਾ, ਆਏ ਨਾ ਜਾਈ ਪ੍ਰਭ ਕਿਰਪਾਲਾ, ਜੀਆਂ ਅੰਦਰ ਜੁਗਤ ਸਮਾਈ, ਰਹਿਓ ਨਿਰਾਲਮ ਰਾਇਆ। ਸਾਲਸ, ਜੋ ਆਪ ਨੂੰ ਜਿੱਧਰ ਦੇਖੋ ਦਿਸਦਾ ਹੈ, ਅਸਾਂ ਨੂੰ ਨਹੀਂ ਦਿਸਦਾ। ਸਤਿਗੁਰ, ਨਿਰਮਲ ਪਾਣੀ ਵਿੱਚ ਜਾਲਾ ਤੇ ਕੌਲ ਫੁੱਲ, ਜਿਸ ਦੇ ਅੰਦਰ ਨਿਰਮਲ ਮਕਰੰਦ ਰਸ ਹੈ, ਦੋਵੇਂ ਹੀ ਵਸਦੇ ਹਨ। ਇੱਕੋ ਜਲ ਦੀ ਹੀ ਦੋਵਾਂ ਨੂੰ ਸੰਗਤ ਹੈ, ਪਰ ਕੌਲ ਫੁੱਲ ਨੂੰ ਜਾਲੇ ਦਾ ਸੰਗ ਦੋਖ ਨਹੀਂ ਲੱਗਦਾ। ਡੱਡੂ ਵੀ ਉਸੇ ਪਾਣੀ ਵਿੱਚ ਵਸਦਾ ਹੈ, ਪਰ ਉਹ ਕਮਲ ਫੁੱਲ ਨੂੰ ਨਹੀਂ ਸਿਆਣਦਾ, ਅੰਮ੍ਰਿਤ ਰੂਪੀ ਮਕਰੰਦ ਰਸ ਨੂੰ ਨਹੀਂ ਲੱਗਦਾ। ਡੱਡੂ ਜਲ ਦੇ ਵਿੱਚ ਕੌਲਾਂ ਦੇ ਨਾਲ ਨਿੱਤ ਵਸਦਾ ਹੋਇਆ ਨਹੀਂ ਸੋਝੀ ਪਾਉਂਦਾ, ਤੇ ਭੌਰੇ ਭੌਰਿਆਂ ਜਲ ਵਿੱਚ ਨਹੀਂ ਵਸਦੇ, ਪਰ ਉੱਪਰੋਂ ਆ ਕੇ ਉਸ ਦੇ ਗੁਣਾਂ ਨੂੰ ਚੁੰਗ ਪ੍ਰਾਪਤ ਕਰ ਲੈਂਦੇ ਹਨ। ਸਾਲਸ ਰਾਏ, ਹੇ ਮਹਾਂਪੁਰਖ ਜੀ, ਇਸ ਵਿੱਚ ਕਾਰਨ ਕੀ ਹੈ? ਸਤਿਗੁਰ, ਅਨੁਭਵ ਦੀ ਕਮੀ। ਜਿਸ ਤਰ੍ਹਾਂ ਚੰਦਰਮਾ ਨੂੰ ਕੁਮੁਦਨੀਆਂ ਦੂਰੋਂ ਹੀ ਦਰਸ਼ਨ ਕਰਕੇ ਖਿੜ ਜਾਂਦੀਆਂ ਹਨ, ਕਾਰਨ ਅਨੁਭਵ ਹੈ। ਸਾਲਸ, ਸਾਈਂ ਦੇ ਸਾਈਂ ਲੋਕ ਜੀ, ਅਨੁਭਵ ਖੋਲੀਏ। ਸਤਿਗੁਰ, ਜਿਸ ਤਰ੍ਹਾਂ ਭਾਈ ਤੇਰੀ ਦ੍ਰਿਸ਼ਟੀ ਨੂੰ ਹੀਰੇ ਜਵਾਹਰ ਪਰਖਣ ਵਿੱਚ ਅਨੁਭਵ ਹੋ ਆਇਆ ਹੈ, ਸਾਡੇ ਸੱਜਣ ਮਰਦਾਨੇ ਨੂੰ ਰਾਗ ਦੀਆਂ ਲਹਿਰਾਂ ਵਿੱਚ ਅਨੁਭਵ ਹੋ ਆਇਆ ਹੈ, ਇਸ ਤਰ੍ਹਾਂ ਕਾਵ ਨੂੰ ਕਿਸੇ ਉੱਚੇ ਰਸ ਵਿੱਚ ਅਨੁਭਵ ਹੋ ਆਉਂਦਾ ਹੈ, ਨਿਰੰਕਾਰ ਦੇ ਅੰਦਰਲੇ ਨੂੰ ਇੱਕ ਉਸੇ ਤਰ੍ਹਾਂ ਦਾ ਪਰ ਇੱਕ ਹੋਰ ਅਗੰਮ ਤਰ੍ਹਾਂ ਦਾ ਨਿਰੰਕਾਰ ਵਿੱਚ ਅਨੁਭਵ ਦਾਨ ਮਿਲਦਾ ਹੈ। ਇਹ ਸੁਣ ਕੇ ਮਰਦਾਨੇ ਨੂੰ ਪਹਿਲੇ ਦਿਨ ਵਾਲਾ ਸਤਿਗੁਰ ਦਾ ਸਾਰਾ ਉਪਦੇਸ਼ ਯਾਦ ਆ ਗਿਆ। ਉਧਰ ਜਹੁਰੀ ਨੂੰ ਆਪਣੀ ਗੱਲਬਾਤ ਚੇਤੇ ਆਈ ਜੋ ਉਸ ਨੇ ਆਪਣੇ ਸ਼ਾਗਿਰਦ ਅਧਰਕੇ ਨਾਲ ਕੀਤੀ ਸੀ। ਦਿਲਾਂ ਵਿੱਚ ਕੰਘੀਆਂ ਫਿਰ ਗਈਆਂ। ਸਾਲਸ ਦੇ ਦਿਲ ਵਿੱਚ ਆਦਰ ਤੇ ਪਿਆਰ ਬਹੁਤ ਵਧਿਆ। ਦੇਹੂ ਵੱਡਾ ਆਇਆ ਵੇਖ ਕੇ ਪ੍ਰਸ਼ਾਦ ਵਾਸਤੇ ਬੇਨਤੀ ਕੀਤੀ। ਮਾਇਆ ਤਾਂ ਸਤਿਗੁਰ ਨੇ ਫੇਰ ਦਿੱਤੀ, ਫਕੀਰਾਂ ਨੂੰ ਇਸ ਦੀ ਲੋੜ ਨਹੀਂ। ਤੇ ਪ੍ਰਸ਼ਾਦ ਮਰਦਾਨੇ ਨੂੰ ਵੀ ਦਿੱਤਾ ਤੇ ਆਪ ਵੀ ਛਕਿਆ, ਜੋ ਅਧਰਕੇ ਨੇ ਬੜੇ ਪ੍ਰੇਮ ਵਿੱਚ ਮਗਨ ਹੋ ਕੇ ਛਕਾਇਆ। ਸਾਲਸ ਰਾਏ, ਹੇ ਨਿਰੰਕਾਰ ਦੇ ਪਿਆਰੇ ਜੀ, ਅਸਾਂ ਨੂੰ ਵੀ ਉਹ ਦ੍ਰਿਸ਼ਟੀ ਦਾਨ ਕਰੋ ਜੋ ਨਿਰੰਕਾਰ ਦਿਸਿਆ ਵੈ। ਸਤਿਗੁਰ, ਤੇਰੇ ਨੌਕਰ ਨੂੰ ਤਾਂ ਉਹ ਦ੍ਰਿਸ਼ਟੀ ਹੋ ਆਈ ਹੈ, ਗਉ ਕਰ ਦੇਖਿਆ ਸੂ ਤੇ ਆਪਾਂ ਬੰਨ ਕੇ ਦੇਖਿਆ ਸੂ ਤੇ ਆਪਾਂ ਵਿੱਚ ਗੁੰਮ ਕੀਤਾ ਸੂ ਤੇ ਮਿਹਰ ਦਾ ਸਦਕਾ ਦਿਸ ਆਇਆ ਸੂ। ਇਹ ਸੁਣ ਕੇ ਜਹੁਰੀ ਨੇ ਦਾਸ ਵੱਲ ਤੱਕਿਆ ਤੇ ਉਸ ਦੇ ਚਰਨੀ ਢਹਿ ਪਿਆ। ਸਤਿਗੁਰ ਜੀ ਉਸ ਦੀ ਇਸ ਦਰਵਣਤਾ ਨਿਰਮਾਣਤਾ ਪਰ ਰੀਝ ਕੇ ਉੱਠੇ। ਆਪਣੇ ਸਿਰ ਉੱਪਰ ਜੋ ਡੇਢ ਗਜ ਸਾਫਾ ਸੀ ਲਾ ਕੇ ਸਾਲਸ ਦੇ ਸਿਰ ਬੰਨ ਦਿੱਤਾ ਤੇ ਕਰੁਣਾ ਦ੍ਰਿਸ਼ਟੀ ਪਾ ਕੇ ਉੱਚ ਦ੍ਰਿਸ਼ਟੀ ਦਾਨ ਕਰ ਦਿੱਤੀ। ਉਹ ਕੱਪੜਾ ਸਾਲਸ ਬਾਂਹ ਦਿਓ ਸੀਸ ਪਰ, ਸ਼ੀਗਰ ਖੁੱਲੇ ਕਪਾਟ, ਗਿਆ ਨਾ ਨੰਦ ਪੂਰਨ ਭਇਓ, ਠਟਿਓ ਔਰ ਹੀ ਠਾਠ, ਪਾ ਨਿਹਾਲ ਤਤਕਾਲ ਸ੍ਰੀ ਗੁਰੂ ਨਾਨਕ ਮਾਇਆ ਤੇ, ਉਮ ਗਇਓ ਪ੍ਰੇਮ ਵਿਸਾਲ ਉਸਤਤ ਉਚਰਤ ਸ਼ਬਦ ਕਰ। ਇਸ ਤਰ੍ਹਾਂ ਦੋਵੇਂ ਨਿਹਾਲ ਹੋ ਗਏ। ਤਦ ਸਤਿਗੁਰ ਨੇ ਵਾਕ ਉਚਾਰਿਆ, ਭਾਈ ਜਿਵੇਂ ਜੋਹਰੀ ਦੀ ਰਾਗੀ ਤੇ ਕਵੀ ਦੀ ਦ੍ਰਿਸ਼ਟੀ ਇਸ ਦ੍ਰਿਸ਼ਟ ਹਿਸਾਬ ਤੋਂ ਉੱਚੀ ਹੈ, ਪਰ ਤਦ ਵੀ ਬੇਮਲੂਮੇ ਹਿਸਾਬ ਦੀ ਹੈ। ਇੱਕ ਹੋਰ ਦ੍ਰਿਸ਼ਟੀ ਹੈ ਜਿਹੜੀ ਦ੍ਰਿਸ਼ਟੀ ਸਭ ਦ੍ਰਿਸ਼ਟੀਆਂ ਤੋਂ ਪਰੇ ਦੀ ਹੈ। ਇਹ ਤੁਹਾਨੂੰ ਹੁਣ ਫੁਰੀ ਹੈ। ਇਹ ਪੂਰਨ ਅਨੁਭਵ ਹੈ ਜਦੋਂ ਦਿਸਦੇ ਵਸਦੇ ਜਗਤ ਤੋਂ ਧਿਆਨ ਉੱਠ ਕੇ ਵਿਸਮਾਦ ਦੇ ਘਰ ਚੜਦਾ ਹੈ, ਆਪਾ ਆਪੇ ਵਿੱਚ ਆਉਂਦਾ ਲੀਨ ਹੁੰਦਾ ਹੈ ਤੇ ਆਪੇ ਵਿੱਚ ਜਾਗਦਾ ਝਲਕਾ ਅਨੰਤ ਅਪਾਰ ਦਾ ਵੱਜਦਾ ਹੈ। ਤਦੋਂ ਹੱਦਾਂ ਬੰਨੇ ਹੇਠ ਰਹਿ ਜਾਂਦੇ ਹਨ। ਇਹ ਝਲਕਾ
ਮਨ ਪਰ ਇੱਕ ਅਸਰ ਛੱਡ ਜਾਂਦਾ ਹੈ, ਜਿਸ ਨਾਲ ਤੁਰਦੇ ਫਿਰਦੇ ਵਸਦੇ ਜਗਤ ਵਿੱਚ ਵਾਹਿਗੁਰੂ ਕਰਤਾਰ ਨਿਰੰਕਾਰ ਤਨ ਨਿਰੰਕਾਰ ਦਾ ਜਲਵਾ ਆਪਾ ਅਨੁਭਵ ਕਰਾਉਂਦਾ ਰਹਿੰਦਾ ਹੈ। ਫਿਰ ਜੀਵ ਦਿਸਦੇ ਨੂੰ ਵੇਖ ਕੇ ਭੁੱਲਦਾ ਨਹੀਂ, ਦਿਸਦਾ ਇਸ ਨੂੰ ਕੁਛ ਕੁਛ ਪਛਾਕੇ ਦੀ ਨਿਆਈ ਦਿਸਦਾ ਹੈ, ਵਿੱਚ ਲੱਸਦਾ ਕਰਤਾਰ ਦਿਸਦਾ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾਵ ਵਿੱਚ ਵਾਸ, ਤੇ ਦੇਖਣਹਾਰ ਉਸ ਵਿੱਚ ਵਸਦੇ ਪਿਆਰੇ ਤੋਂ ਬਲਹਾਰ ਹੁੰਦਾ ਹੈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਲਸ ਰਾਏ ਤੇ ਅਦਰਕੇ ਨੂੰ ਤਾਰ ਕੇ ਸ੍ਰੀ ਸਤਿਗੁਰੂ ਜੀ ਤੁਰ ਪਏ। ਤੁਰ ਪਏ ਉਪਕਾਰੀ ਬੱਦਲਾਂ ਵਾਂਗੂ ਹੋਰ ਥੇ ਸੁਆਂਤੀ ਬੂੰਦਾਂ ਦਾ ਵਰਸਾਓ ਕਰਨ, ਤੇ ਆ ਗਏ ਰਾਜਗਿਰੀ। ਇੱਥੇ ਮੇਲਾ ਸੀ, ਮੇਲੇ ਤੇ ਕਈ ਨਾਸਤਕਾਂ ਨੂੰ ਆਸਤਕ ਬਣਾ ਕੇ ਆਪ ਪਹੁੰਚੇ ਗਿਆ। ਆਪ ਦਾ ਸੋਹਣਾ ਸੁਹਾਵਾ ਤੇ ਤੇਜ ਜ਼ਬੇ ਵਾਲਾ ਨੂਰਾਨੀ ਚਿਹਰਾ ਦੇਖ ਕੇ ਪੰਡੇ ਵੀ ਆ ਗਏ ਤੇ ਆਖਣ ਲੱਗੇ ਕਿ ਸ੍ਰੀ ਜੀਓ, ਪਿੰਡ ਭਰਾਓ, ਪਿੱਤਰਾਂ ਦਾ ਨਿਸਤਾਰਾ ਕਰਾ ਲਓ। ਤਾਂ ਬਾਬੇ ਆਖਿਆ, ਅਸਾਂ ਆਪਣੇ ਪਿੱਤਰਾਂ ਦਾ ਤੇ ਆਪਣੇ ਸਤ ਸੰਗੀਆਂ ਦਾ ਤੇ ਆਪਣਾ ਵੀ ਦੀਵਾ ਅਤੇ ਕਿਰਿਆ ਕਰਮ ਕਰਾ ਛੱਡਿਆ ਹੈ, ਔਰ ਐਸੀ ਕਿਰਿਆ ਕੀਤੀ ਹੈ ਜੋ ਅਗਿਆਨ ਦਾ ਅੰਧੇਰਾ ਸਭ ਮਿਟ ਗਿਆ ਹੈ ਤੇ ਸਦਗਤੀ ਹੋ ਗਈ ਹੈ। ਸੁਰਗ ਤੇ ਨਰਕ ਜੋ ਹਨ ਸੋ ਅਗਿਆਨ ਵਿਖੇ ਹਨ, ਤਾਂ ਤੇ ਜਿਨ੍ਹਾਂ ਨੇ ਨਾਮ ਰੂਪੀ ਦੀਵਾ ਬਾਲਿਆ ਹੈ ਤਿੰਨ ਕਾ ਉਧਾਰ ਹੋਇਆ ਹੈ। ਇਸ ਦੇ ਪਰਥਾਏ ਸ੍ਰੀ ਬਾਬਾ ਜੀ ਨੇ ਆਸਾ ਰਾਗ ਵਿੱਚ ਸ਼ਬਦ ਬੋਲਿਆ। ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉਂ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕ ਠੇ, ਏਕ ਰਤੀ ਲੈ ਪਾਏ ਰਹਾਓ, ਪਿੰਡ ਪਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੇ, ਇਹ ਮੇਰਾ ਆਧਾਰ, ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਉ, ਸੱਚਾ ਨਾਵਣ ਤਾਂ ਥੀਏ, ਜਾਂ ਅਹਿਨਸ ਲਾਗੈ ਪਾਉ, ਇੱਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸੀਸ ਕਾ, ਕਬਹੂ ਨਿਖੂਟਸ ਨਾਹੀਂ। ਅਰਥਾਤ ਮੇਰਾ ਦੀਵਾ ਇੱਕ ਪਰਮੇਸ਼ਰ ਦਾ ਨਾਮ ਸਿਮਰਨ ਕਰਨਾ ਹੈ, ਉਸ ਵਿੱਚ ਦੁੱਖ ਦਾ ਤੇਲ ਪਾਇਆ ਹੈ, ਦੀਵਾ ਬਲਦਾ ਹੈ ਤਾਂ ਉਹ ਮੈਨੂੰ ਵਾਹਿਗੁਰੂ ਜੀ ਦੇ ਮਲਾਪ ਰਾਹ ਦਾ ਚਾਨਣ ਦਿੰਦਾ ਹੈ, ਤੇ ਦੂਜੇ ਪਾਸੇ ਮੇਰੇ ਦੁੱਖ ਘਟਦੇ ਜਾਂਦੇ ਹਨ। ਜੀ ਕੁ ਦੀਵੇ ਬਲਣ ਨਾਲ ਤੇਲ ਘਟਦਾ ਜਾਂਦਾ ਹੈ। ਜੇ ਕੋਈ ਸ਼ੰਕਾ ਕਰੇ ਕਿ ਦੁੱਖ ਤਾਂ ਕਰਮਾਂ ਦਾ ਫਲ ਹਨ, ਅਵਸ਼ ਭੋਗਣੇ ਪੈਂਦੇ ਹਨ, ਗੁਰੂ ਜੀ ਦੱਸਦੇ ਹਨ, ਹੇ ਲੋਕੋ, ਇਸ ਬਿਰਥਾ ਖਿਆਲ ਵਿੱਚ ਨਾ ਪੈਣਾ ਕਿ ਕਰਮ ਦਗਧ ਨਹੀਂ ਹੋ ਸਕਦੇ। ਜਿਵੇਂ ਸੈਂਕੜੇ ਮਣ ਲੱਕੜੀ ਵਿੱਚ ਇੱਕ ਰੱਤੀ ਅੱਗ ਰੱਖ ਦਈਏ ਤਾਂ ਉਹ ਸਾਰੀ ਸੜ ਜਾਂਦੀ ਹੈ, ਤਿਵੇਂ ਨਾਮ ਦੀ ਚਿੰਗਾਰੀ ਨਾਲ ਸਾਰੇ ਕਰਮ ਦਗਧ ਹੋ ਜਾਂਦੇ ਹਨ। ਪਿੰਡ ਤੇ ਪੱਤਲ ਮੇਰਾ ਵਾਹਿਗੁਰੂ ਹੈ ਤੇ ਕਿਰਿਆ ਮੇਰੀ ਕਰਤਾਰ ਦਾ ਸੱਚਾ ਨਾਮ ਹੈ। ਲੋਕ ਪਰਲੋਕ ਵਿੱਚ ਤੇ ਅੱਗੇ ਪਿੱਛੇ ਮੇਰਾ ਆਧਾਰ ਇਹੋ ਹੈ। ਹੇ ਵਾਹਿਗੁਰੂ, ਤੇਰੀ ਸਿਫਤ ਕਰਨੀ ਮੇਰੀ ਗੰਗਾ ਤੇ ਕਾਂਸ਼ੀ ਤੀਰਥ ਹੈ ਤੇ ਇਸ ਵਿੱਚ ਆਤਮਾ ਇਸ਼ਨਾਨ ਕਰਦਾ ਹੈ। ਹਾਂ, ਸਦਾ ਇਸ਼ਨਾਨ ਤਾਂ ਹੁੰਦਾ ਹੈ ਜੇ ਦਿਨ ਰਾਤ ਪਰਮੇਸ਼ਰ ਦੇ ਨਾਮ ਵਿੱਚ ਪ੍ਰੀਤ ਪੈ ਜਾਵੇ ਤਾਂ। ਬ੍ਰਾਹਮਣ ਜੋ ਪਿੰਡ ਭਰਾਉਂਦੇ ਹਨ ਉਹ ਪਿੱਤਰਾਂ ਤੇ ਦੇਵਤਿਆਂ ਨਾਲ ਰਲਾਉਣ ਵਾਸਤੇ ਹੁੰਦੇ ਹਨ, ਪਰ ਸਾਨੂੰ ਵਾਹਿਗੁਰੂ ਦੀ ਬਖਸ਼ਿਸ਼ ਦਾ
ਪਿੰਡ ਪ੍ਰਾਪਤ ਹੈ ਜੋ ਕਦੇ ਮੁੱਕਦਾ ਹੀ ਨਹੀਂ, ਭਾਵ ਉਹ ਸਾਨੂੰ ਅਨੰਤ ਨਾਲ ਮਿਲਦਾ ਹੈ। ਤਦ ਪੰਡੇ ਸ਼ਰਨ ਪੈ ਗਏ, ਗਿਆ ਦੇ ਪਾਂਡਿਆਂ ਨੂੰ ਅਸਲੀ ਰਾਹ ਕਲਿਆਣ ਦਾ ਦੱਸ ਕੇ ਸਤਿਗੁਰੂ ਜੀ ਉੱਥੋਂ ਤੁਰ ਪਏ। ਜੋ ਵਿਚਾਰ ਦੇ ਕੇ ਸੋਹਣੇ ਗੁਰੂ ਨਾਨਕ ਨੇ ਉਹਨਾਂ ਨੂੰ ਗਿਆਨ ਨੇਤਰ ਬਖਸ਼ੇ, ਉਹ ਵਿਚਾਰ ਆਪ ਜੀ ਨੇ ਉੱਪਰਲੇ ਸ਼ਬਦ ਵਿੱਚ ਦਿੱਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਤੱਕ ਅਨੇਕ ਜੀਵਾਂ ਨੇ ਸੁੱਖ ਪਾਇਆ ਹੈ। ਗਿਆ ਤੋਂ ਤੁਰ ਕੇ ਆਪ ਬੁੱਧ ਗਿਆ ਤੇ ਆਏ ਇੱਥੇ ਆ ਕੇ ਆਪ ਨੇ ਬਾਹਰ ਡੇਰੇ ਲਾ ਦਿੱਤੇ। ਮਰਦਾਨੇ ਨੇ ਕੀਰਤਨ ਕਰਨਾ ਤੇ ਆਪ ਨੇ ਨਿਜਾਨੰਦ ਵਿੱਚ ਮਗਨ ਹੋ ਜਾਣਾ। ਇਸ ਕੀਰਤਨ ਨੇ ਬੁੱਧ ਗਿਆ ਦੇ ਮਹੰਤ ਨੂੰ ਖਿੱਚ ਪਾਈ। ਉਸ ਦਾ ਨਾਮ ਦੇਵਗਿਰ ਲਿਖਿਆ ਹੈ। ਇਹ ਆਦਮੀ ਸੀ ਤਾਂ ਬੁੱਧ ਮੰਦਰ ਦਾ ਮਹੰਤ, ਪਰ ਸੀ ਲਗਭਗ ਸੰਨਿਆਸੀ। ਹਿੰਦੂਆਂ ਨੇ ਜਦ ਬੋਧ ਮਤ ਦੀ ਹਿੰਦੁਸਤਾਨ ਵਿੱਚ ਸਮਾਪਤੀ ਕਰ ਦਿੱਤੀ ਤਾਂ ਇਹ ਬੋਧੀ ਸਥਾਨ ਵੀ ਸਾਂਭ ਲਿਆ ਸੀ। ਇੱਥੇ ਬੁੱਧ ਜੀ ਨੇ ਤਪ ਤਪਿਆ ਤੇ ਉਹਨਾਂ ਨੂੰ ਆਪਣੇ ਗਿਆਨ ਦਾ ਅਨੁਭਵ ਹੋਇਆ ਸੀ, ਕਿਉਂਕਿ ਹਿੰਦੂ ਬੁੱਧ ਜੀ ਨੂੰ ਅਵਤਾਰ ਵੀ ਮੰਨਦੇ ਸਨ। ਇਸ ਕਰਕੇ ਇਹ ਸਥਾਨ ਵੀ ਉਹਨਾਂ ਨੇ ਆਪਣੇ ਅਧਿਕਾਰ ਵਿੱਚ ਕਰ ਲਿਆ ਸੀ। ਇਹ ਮਹੰਤ ਦੇਵਗਿਰ ਬਹੁਤ ਸਾਰੇ ਆਪਣੇ ਛੋਟੇ ਮੰਦਰਾਂ ਦੇ ਮਹੰਤਾਂ ਦਾ ਵੱਡਾ ਮਹੰਤ ਤੇ ਮਾਨਨੀ ਪੁਰਖ ਸੀ, ਪਰ ਸੀ ਸੱਚ ਦਾ ਖੋਜੀ ਤੇ ਵਿਦਵਾਨ। ਵਿਦਿਆ ਨੇ ਇਸ ਦੇ ਮਨ ਨੂੰ ਜਾਣਨਹਾਰ ਤਾਂ ਬਣਾ ਦਿੱਤਾ ਹੋਇਆ ਸੀ ਤੇ ਉਹ ਵੈਰਾਗੀ ਵੀ ਸੀ, ਪਰ ਉਹ ਰਾਗ ਨੂੰ ਵਿਰਾਗ ਵਿੱਚ ਪਲਟਦਾ ਪਲਟਦਾ ਇੰਜ ਹੋ ਗਿਆ ਸੀ ਜਿਵੇਂ ਬ੍ਰਿਸ਼ ਦੀ ਡਾਲੀ ਪੱਕੀ ਹੁੰਦੀ ਹੁੰਦੀ ਸੁੱਕ ਜਾਏ ਤਾਂ ਮੂਲੋਂ ਅਚੁੱਕ ਤੇ ਪੱਕੀ ਹੋ ਜਾਂਦੀ। ਪਰ ਉਸ ਦੀ ਇਸ ਪਕਿਆਈ ਤੇ ਕਰੜਾਈ ਵਿੱਚ ਉਸ ਵਿੱਚ ਲਚਕ ਨਹੀਂ ਰਹਿੰਦੀ। ਇਹ ਲਚਕ ਇਸ ਵਾਸਤੇ ਨਹੀਂ ਰਹਿੰਦੀ ਕਿ ਉਸ ਵਿੱਚ ਜਿੰਦ ਕਣੀ ਨਹੀਂ ਰਹਿੰਦੀ। ਜਿਉਂਦੀ ਟਹਿਣੀ ਵਿੱਚ ਪਕਿਆਈ ਤੇ ਲਚਕ ਦੋਏ ਹੁੰਦੀਆਂ ਹਨ। ਜੀਵਨ ਮਰਨ ਦੀ ਇਸ ਪ੍ਰਕਾਰ ਦੀ ਜਦ ਗੱਲਬਾਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਈ ਤਾਂ ਉਸ ਦੀ ਸੋਝੀ ਵਿੱਚ ਜੀਵਨ ਦਾ ਰੁਮਕਾ ਫਿਰ ਆ ਫਿਰਿਆ। ਸਤਿਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਰਾਗ ਮਾੜਾ ਹੈ, ਮਾੜੇ ਕਰਮਾਂ ਦਾ ਰਾਗ ਦੁਖਦਾਈ ਹੋ ਜਾਂਦਾ ਹੈ, ਨਾਸ਼ਵੰਤ ਪਦਾਰਥਾਂ ਦਾ, ਪਰ ਅਵਨਾਸ਼ੀ ਤੇ ਪ੍ਰਿਹ ਸਰੂਪ ਵਾਲੇ ਦਾ ਰਾਗ ਪ੍ਰੇਮ ਮਾੜਾ ਨਹੀਂ, ਕਿਉਂਕਿ ਉਸ ਦੇ ਰਾਗ ਨਾਲ ਪਵਿੱਤਰ ਹੋਈਦਾ ਹੈ। ਉਸ ਦਾ ਰਾਗ ਦੁਖਦਾਈ ਨਹੀਂ, ਕਿਉਂਕਿ ਉਹ ਸਦਾ ਥਿਰ ਹੈ, ਕਦੇ ਨਾਸ਼ ਨੂੰ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਉਸ ਨਾਲ ਕੀਤੇ ਰਾਗ ਦਾ ਅੰਤ ਦੁੱਖ ਨਹੀਂ ਹੋ ਸਕਦਾ। ਫਿਰ ਉਸ ਆਨੰਦ ਸਰੂਪ ਹੈ, ਉਸ ਦਾ ਰਾਗ ਸੁੱਖ ਤੇ ਆਨੰਦ ਦਾਤਾ ਹੈ। ਫਿਰ ਜਿਸ ਵੈਰਾਗ ਨੂੰ ਧਾਰਨ ਕਰਨ ਖਾਤਰ ਅਸਾਂ ਆਪਣੇ ਮਨ ਨੂੰ ਕੋਹਣਾ ਹੈ, ਇੰਦਰੀਆਂ ਨੂੰ ਮਾਰਨਾ ਹੈ ਤੇ ਸੰਸਾਰ ਤੇ ਇਸ ਦੀ ਰਚਨਾ ਨੂੰ ਮਾੜਿਆਂ ਸਮਝਣਾ ਹੈ, ਉਹ ਵੈਰਾਗ ਅਵਿਨਾਸ਼ੀ ਨਾਲ ਰਾਗ ਕੀਤਿਆਂ ਸਹਿਜ ਸੁਭਾਅ ਪ੍ਰਾਪਤ ਹੋ ਜਾਂਦਾ ਹੈ ਤੇ ਉਸ ਦਾ ਅਸਰ ਇਨਸਾਨ ਦੀਆਂ ਤਾਕਤਾਂ ਨੂੰ ਕੋਹਣ ਵਾਲਾ ਨਹੀਂ ਪੈਂਦਾ। ਇਨਸਾਨ ਨਿਰਾ ਬੁੱਧੀ ਨਹੀਂ, ਇਸ ਦੇ ਅਸਲੇ ਵਿੱਚ ਭਾਵ ਪ੍ਰੇਮ ਵੀ ਹੈ। ਜਿਵੇਂ ਤੁਸਾਂ ਵੈਰਾਗ ਧਾਰਿਆ ਹੈ ਅਰਥਾਤ ਮਨ ਨੂੰ ਮਾਰ ਕੱਤਿਆ ਹੈ, ਹੁਣ ਕਿਸੇ ਪਾਸੇ ਦਾ ਰਾਗ ਤੁਹਾਡੇ ਪੱਕ ਗਏ ਮਨ ਬੁੱਧ ਨੂੰ ਨਿਵਾ ਨਹੀਂ ਸਕਦਾ। ਉਹ ਸੁੱਕੀ ਟਹਿਣੀ ਵਾਂਗੂ ਪੱਕਾ ਹੋ ਗਿਆ ਹੈ, ਪਰ ਇਸ ਨਾਲ ਕਾਰਜ ਸਿੱਧੀ ਨਹੀਂ ਹੋਈ। ਤਦੇ ਮਨ ਵਿੱਚ ਲਚਕਦਾਰ ਤੇ ਜਿਉਂਦੀ ਅਪਕੜਤਾ ਨਹੀਂ, ਪਰ ਜਿੰਦਹੀਣਤਾ ਵਾਲੀ ਉਦਾਸੀ ਦਾ ਅਕੜੇਵਾਂ ਜਿਹਾ ਹੈ। ਦੇਵਗਿਰ ਲਈ ਇਹ ਨਵਾਂ ਸਬਕ ਸੀ। ਉਹ ਸਾਰੇ ਅੰਦਰਲੇ ਭਾਵਾਂ ਨੂੰ ਮਾਰ ਕੇ ਗਿਆਨਵਾਨ ਹੋਣ ਨੂੰ, ਸੰਨਿਆਸ ਤੇ ਸਾਰੇ ਇੰਦਰੀਆਂ ਤੇ ਮਨ ਆਦਿ ਨੂੰ ਕੋਹ ਕੇ ਇਕਾਗਰ ਹੋਣੇ ਨੂੰ ਯੋਗ ਜਾਣਦਾ ਸੀ। ਸਤਿਗੁਰ ਨੂੰ ਪੁੱਛਣ ਲੱਗਾ ਕਿ ਫੇਰ ਕੀ ਜੀਓ, ਇੰਦਰੇ ਦਮਨ ਨਹੀਂ ਕਰਨੇ, ਮਨ ਨੂੰ ਨਹੀਂ ਮਾਰਨਾ? ਸਤਿਗੁਰ ਨੇ ਸਮਝਾਇਆ ਕਿ ਭਾਈ, ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ ਹੈ, ਮਨ ਨੂੰ ਨੀਵਿਆਂ ਖਿਆਲਾਂ ਵਿੱਚ ਨਹੀਂ ਜਾਣ ਦੇਣਾ। ਸਭ ਅਵਗੁਣ ਤਿਆਗਣੇ ਤੇ ਸ਼ੁਭ ਗੁਣ ਧਾਰਨ ਕਰਨੇ ਹਨ, ਪਰ ਇੱਕ ਪਤੀ ਪਰਮੇਸ਼ਰ ਦਾ ਮਨ ਵਿੱਚ ਦਰਵਾ ਬੰਨ ਕੇ ਉਸ ਨਾਲ ਪ੍ਰੇਮ ਕਰਨਾ ਹੈ। ਪ੍ਰਯੋਜਨ ਬੁੱਧੀ ਨੂੰ ਨਿਰਮਲ ਕਰਨੇ ਦਾ ਹੈ। ਬੁੱਧੀ ਦੀ ਨਿਰਮਲਤਾ ਲਈ ਵੈਰਾਗ ਵਿਵੇਕ ਵਰਤਣੇ ਹਨ। ਮਨ ਉੱਤੇ ਇਸ ਨਿਰਮਲ ਬੁੱਧ ਦਾ ਚਿਰਾਗ ਰੋਸ਼ਨ ਕਰਕੇ ਇਸ ਦੇ ਕੁੰਡੇ ਹੇਠ ਮਨ ਨੂੰ ਟੋਰਨਾ ਹੈ। ਐਸੇ ਪ੍ਰਬੁੱਧ ਹੋਏ ਮਨ ਦੇ ਵਸ ਵਿੱਚ ਇੰਦਰੀਆਂ ਨੂੰ ਟੋਰਨਾ ਹੈ।
पर अंदर जो साढ़े आत्मा विच प्रिय स्वरूपता दी अंश है, प्रेम है, उसनू भी वर्तना है, उसनू मारना नहीं, उस नाल मन दे रुख नू उपरले पासे वाल लगे रहन वाला बनाउणा है, ते बुद्धि दा अलंब लभ के उसनू जफा मारना है। बुद्धि ने जद निश्चय कर लिया कि जगत दा मूल मालक पालक एक अकाल पुरख है, तो हुण उस दा अलंब एक अंकार है, अर्थात अकाल पुरख है। जदों मन बुद्धि वाहिगुरु विच राग करके अर्थात उसनू अपना आलंब बना के उस नाल लगातारी लगाओ पा लैणगे, तां उन्हां विच वाहिगुरु ते वाहिगुरु विच ओह वसणगे, फिर साडा आपा जीवत आपा होवेगा ते जीवन मुक्ति दे सुख पाएगा। इस तरह सारा आपा अपने सारे तान नाल जद सदा लगा रहेगा एक विच, तां एक विच समाया सफल ते सुरजीत ज्ञान वाला रहेगा। ये आपा ये आत्मा शुद्ध आत्मा है, ते ये कार सिरे चढ़दी है गुर शब्द की कमाई दे नाल, फिर ये सारा कुछ सहज नाल प्राप्त करना है। सहंदे सहंदे हठ मन ते कुंडा ते आपा निवारण दे सारे काम करने हन, पर अंदर टेक साईं दी धर के ते उस दे सिमरन दे आसरे जदों अंदर ठंड वर्तनी है तां सहज दा पा आ जाना है, सहज आनंद ने अंदर टिक जाना है। यह कह के श्री गुरु बाबा जी दे नैण जुड़ गए ते आप दे जुड़दे जांदे नैणा दे नाल हरणी होवां पद निकलिया। मरदाने ने रमज समझ लई ते गौड़ी बैरागन दे वैरागमई पर रस परे संगीत विच रबाब दियां मिठियां सुरां नाल गाव्या। गौड़ी बैरागन महला पहला हरणी होवा बन बसा कंद मूल चुन खाओ गुर प्रसादी मेरा सौ मिले वार वार हो जाओ जियो मैं बनजारन राम की तेरा नाम वखर वापार जी रहाओ कोकल होवा अंब बसा सहज शब्द बिचार सहज सुभाई मेरा सौ मिले दर्शन रूप अपार मछली होवा जल बसा जी जंत सब सार उर्वार पार मेरा सौ वसै ओं मिलोंगी बाह पसार नागन होवा तर वसा शब्द वसै पौ जाए नानक सदा सुहागणी जिन ज्योति ज्योत समाए। देवगिर नूं सोझी आ गई, हुण उस दी बिरती विच वाहिगुरू दे नाम दा निवास हो गया। अठ पैर एक लिव दा रौं टुर पिया, अगे तां आपणे ख्याल विच ज्ञानवान सी पर ज्ञान हो के भी फुरनिया विच रहिंदा सी। कथा वार्ता चर्चा विचार संथा आदि वेले ब्रह्म दे संकल्प मात्र लंघदे सन, पर हुण साईं दी होंद एक रसमय याद लगातारी रौं हो के अंदर वस गई। मन जो फुरनिया विच खिंडदा ते नेताणा हुंदा सी इक नूं चेत के तान ते सुख विच आ गया। देवगिर ने बहुत दिन सतगुरु जी नूं प्यार नाल पास रखिया, उन्हां दे देव प्रभाव दा उन्हां दे रब्बी ज्ञान दा उन्हां दे परमात्म प्रेम दा रस माणिया ते कीर्तन निर्मोलक हीरा सुन सुन के अपने आप दा मुल वधाया। गया दे इलाके विच श्री गुरु नानक देव जी कई थाएं टिके ते जगत दा उदार कीता, जिस दे निशान अजे तक किते किते मिलते हैं। इन्हां टिकाणियां विचों एक थां रजौली है, इत्थे एक कल्लण शाह नामे फकीर तप कर रहा सी। अठे पैर धूणी तुखदी रहिंदी सी ते आप बैठे तपस्या करदे सन। श्री गुरु नानक देव जी अपनी जगत यात्रा विच जिथे लोकां नूं
ਰੱਬ ਦੇ ਰਸਤੇ ਲਾਉਂਦੇ ਸਨ, ਉੱਥੇ ਅਟਕਿਆਂ ਨੂੰ ਸਹਾਰਾ ਦੇ ਅੱਗੇ ਕਰਦੇ ਸਨ ਤੇ ਭੁੱਲਿਆਂ ਨੂੰ ਰਾਹੇ ਪਾਉਂਦੇ ਸਨ। ਜਿਨ੍ਹਾਂ ਦੀ ਨਰਦ ਪੁੱਗਣ ਦੇ ਨੇੜੇ ਆ ਅਟਕੇ ਉਹਨਾਂ ਨੂੰ ਸਿਰੇ ਚਾੜਦੇ ਸਨ। ਕੱਲਣ ਸ਼ਾਹ ਵੀ ਚਿਰਾਂ ਦੇ ਤਪ ਕਰ ਰਹੇ ਸਨ ਜਦ ਗੁਰੂ ਜੀ ਉੱਥੇ ਆ ਟਕੇ ਤਾਂ ਕੀਰਤਨ ਦੀ ਗੱਲਬਾਤ ਇਹਨਾਂ ਦੇ ਕੰਨੀ ਪਾਈ ਤੇ ਇਹਨਾਂ ਨੇ ਜਾ ਲੁਕ ਛਿਪ ਕੇ ਕੀਰਤਨ ਸੁਣਿਆ। ਇਸ ਕੀਰਤਨ ਤੇ ਹੋ ਰਹੇ ਸ਼ਬਦਾਂ ਦੇ ਭਾਵ ਨੇ ਮੋਹਿਤ ਕਰ ਲਿਆ। ਫੇਰ ਤਾਂ ਸ਼ੰਕਾ ਨਿਵਾਰ ਕੇ ਸਤਿਗੁਰੂ ਜੀ ਨੂੰ ਮਿਲ ਪਏ ਤੇ ਦਿਲ ਦੇ ਦੁੱਖ ਸੁੱਖ ਕਹਿ ਸੁਣਾਏ। ਸਤਿਗੁਰੂ ਜੀ ਨੇ ਮਿਹਰ ਕੀਤੀ, ਜਿੱਥੇ ਅਟਕੇ ਖੜੇ ਸਨ ਉੱਥੋਂ ਨਾਮ ਮਹਾਰਸ ਦੀ ਦਾਤ ਬਖਸ਼ ਕੇ ਸੁੱਚੇ ਗਿਆਨ ਵਿੱਚ ਆਰੂਪ ਕਰ ਦਿੱਤਾ ਤੇ ਆਪ ਰਮਤੇ ਰਹੇ। ਤਦ ਤੋਂ ਉੱਥੇ ਦੋ ਸਥਾਨ ਚੱਲੇ ਆਉਂਦੇ ਹਨ। ਇੱਕ ਤਾਂ ਛੋਟੀ ਸੰਗਤ ਸਦਾਉਂਦਾ ਹੈ ਜਿੱਥੇ ਇਸ ਫਕੀਰ ਦੀ ਧੂਣੀ ਹੁਣ ਤੱਕ ਚੱਲੀ ਆਉਂਦੀ ਹੈ। ਦੂਜਾ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਜੀ ਨੇ ਟਿਕ ਕੇ ਕੱਲਣ ਸ਼ਾਹ ਸ਼ਰਨ ਆਇਆ ਸੀ, ਉਸ ਨੂੰ ਵੱਡੀ ਸੰਗਤ ਆਖਦੇ ਹਨ। ਇੱਕ ਤਾਂ ਛੋਟੀ ਸੰਗਤ ਸਦਾਉਂਦਾ ਹੈ ਜਿੱਥੇ ਇਸ ਫਕੀਰ ਦੀ ਧੂਣੀ ਹੁਣ ਤੱਕ ਚੱਲੀ ਆਉਂਦੀ ਹੈ ਤੇ ਦੂਜਾ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਜੀ ਟਿਕੇ ਸਨ ਤੇ ਕੱਲਣ ਸ਼ਾਹ ਸ਼ਰਨ ਆਇਆ ਸੀ, ਇਸ ਨੂੰ ਵੱਡੀ ਸੰਗਤ ਆਖਦੇ ਹਨ। ਪਹਿਲੀ ਦਾ ਹੁਜ਼ਾਵਰ ਮੁਸਲਮਾਨ ਹੈ ਤੇ ਦੂਜੀ ਦਾ ਉਦਾਸੀ ਸੰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਰਾ ਤੱਕੋ ਨਾ, ਕਿਹੀਆਂ ਕਾਲੀਆਂ ਘਟਾ ਚੜਾਈਆਂ ਹਨ। ਨੀਲੇ ਨੀਲੇ ਆਕਾਸ਼ ਤੇ ਉਮੜ ਆ ਰਹੇ ਬੱਦਲ ਕਿਵੇਂ ਸੁਹਾਵਣੇ ਲੱਗ ਰਹੇ ਹਨ। ਹਵਾ ਵੀ ਠੰਡੀ ਝੁੱਲ ਪਈ ਹੈ, ਜਿਸ ਨੇ ਸਾਰੀ ਤਪਤ ਪੀ ਲਈ ਹੈ। ਆਈ ਜੀ ਹੁਣ ਬਰਸਾਤ ਆਈ ਖੰਗੂਰਾ ਭਰ ਕੇ, ਪਾਤਸ਼ਾਹ ਚਮਾਸਾ ਚੱਲ ਰਿਹਾ ਹੈ। ਇਸ ਰੁੱਤੇ ਤਾਂ ਨਹੀਂ ਫਿਰੀ ਟੁਰੀਦਾ, ਕਿਤੇ ਟਿਕਾਣਾ ਕਰਕੇ ਬਹਿ ਜਾਈਏ। ਪੈਂਡੇ ਦੀ ਥਕਾਵਟ ਬਹੁਤ ਪੈਂਦੀ ਹੈ, ਜੀ ਉਸਦਾ ਹੈ। ਥਾਂ ਥਾਂ ਤੇ ਪਾਣੀ, ਕਿਤੇ ਕੱਚੇ ਕਿਤੇ ਮੈਲੇ, ਕਿਤੇ ਥਵੇ ਕਿਤੇ ਬਿਥਵੇ, ਛੇਤੀ ਛੇਤੀ ਵਟਾਉਂਦਿਆਂ ਬੰਦਾ ਨਰੋਆ ਵੀ ਨਹੀਂ ਰਹਿੰਦਾ। ਉਂਝ ਵੀ ਰੁੱਤ ਕੱਚੀ ਪੱਕੀ ਹੋ ਜਾਂਦੀ ਹੈ। ਕਦੇ ਰਾਤਾਂ ਨੂੰ ਤਰੇਲ, ਕਦੇ ਮੀਂਹ, ਕਦੇ ਸੋਕਾ, ਹੁੱਸੜ, ਚੀਓ ਵੱਟ, ਕਦੇ ਠੰਡੀ ਨਿੱਕੀ ਹਵਾ, ਕਦੇ ਗੜਗੱਜ ਤੇ ਬੁੱਲੇ, ਸਾਪਸ ਲੂੰਗੜੇ, ਉਨਾਲੇ ਬਥੇਰੇ। ਪਰ ਅੱਜ ਕੱਲ੍ਹ ਤਾਂ ਹਨੇਰ ਆਇਆ ਹੋਇਆ ਹੈ। ਤਪਾਲੀਆਂ ਸਪਾਲੀਆਂ ਦੇ ਇਹ ਦਿਨ ਹੁੰਦੇ ਹਨ। ਜੀਓ ਲੱਖ ਸੈਂ ਵਰੇ ਹਾਂ ਮੇਰੇ ਸੋਹਣੇ ਸੁਲਤਾਨ ਜੀ, ਪਰ ਤੱਕੋ ਨਾ, ਆਰਾਮ ਤੇ ਟਿਕਾਊ ਦੇ ਦਿਨ ਹਨ। ਆਓ ਕਿਤੇ ਠਹਿਰ ਜਾਈਏ, ਡੇਰਾ ਕਰੀਏ, ਇਹ ਚਮਾਸੇ ਦੇ ਦਿਹਾੜੇ ਥਉ ਥਿੱਤਾਂ ਲਾ ਕੇ ਇੱਕ ਜਗ੍ਹਾ ਬੈਠ ਕੇ ਸਾਈਂ ਦੇ ਗੁਣ ਗਾਵੀਏ। ਤੁਸਾਂ ਨੂੰ ਤਾਂ ਆਪਣੀ ਕੋਈ ਪਰਵਾਹ ਨਹੀਂ, ਪਰ ਪਿਆਰ ਵਾਲਿਆਂ ਤੋਂ ਸਹਿ ਘੱਟ ਹੁੰਦਾ ਹੈ। ਨਾਲੇ ਮੈਂ ਛੇਤੀ ਅਕਲਾਉਂਦਾ ਹਾਂ, ਮੇਰੇ ਕਾਣ ਹੀ ਚਾਰ ਦਿਨ ਟਿਕ ਚੱਲੋ ਕਿਧਰੇ। ਇਹ ਪਿਆਰ ਦੀ ਆਪ ਦੇ ਸਰੀਰ ਨਾਲ ਦਿਲੀ ਮਰਮੀ ਤੇ ਦਰਦ ਭਰੀ ਹੁੱਬ ਦੀ ਗੱਲਬਾਤ ਸੁਣ ਕੇ ਰੋਗੀਆਂ ਨੂੰ ਅਰੋਗ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਮਰਦਾਨਿਆ, ਸੱਚ ਪਿਆ ਨਾ ਏ, ਠੀਕ ਹੈ, ਚਮਾਸੇ ਦੀ ਰੁੱਤ ਐਵੇਂ ਹੀ ਹੁੰਦੀ ਹੈ। ਪਰ ਸੱਜਣਾ, ਵੇਖ ਚਾਕਰੀਆਂ ਜਿੰਨਾ ਸਿਰ ਚਾਹੀਆਂ, ਉਹਨਾਂ ਨੂੰ ਇਸ ਰੁੱਤੇ ਵੀ ਆਰਾਮ ਕਿੱਥੇ। ਹਲਕਾਰੇ ਚਿੱਠੀਆਂ ਸੁਨੇਹੇ ਲੈ ਕੇ ਦੇਖ, ਅੱਜ ਕੱਲ੍ਹ ਵੀ ਭੱਜੇ ਫਿਰਦੇ ਹਨ। ਆਓ ਵੇਖ, ਸਾਡੇ ਕੋਲ ਦੀ ਇੱਕ ਲੰਘ ਕੇ ਗਿਆ ਹੈ, ਕਿਵੇਂ ਭੱਜਾ ਜਾਂਦਾ ਹੈ। ਸਾਹਿਬ ਦੀ ਚਾਕਰੀ ਗਾਖੜੀ ਹੈ, ਜਿਉਂ ਤੋਰੇ ਤੁਰਨਾ, ਜਿਉਂ ਪ੍ਰੇਰੇ ਕਰਨਾ, ਮਾਲਕ ਕਿਸੇ ਕੰਮ ਲਈ ਪਿਆ ਲਈ ਜਾਂਦਾ ਹੈ। ਮਰਦਾਨਾ, ਸੁਹਾਣ ਤੇਰੀ ਚਾਕਰੀ ਨੂੰ, ਸੁਹਾਣ ਤੇਰੇ ਸਾਹਿਬ ਨੂੰ, ਸੁਹਾਣ ਤੁਦੇ ਨੂੰ, ਹੱਸ ਕੇ ਤੇ ਰੁਆਲ ਕੁ ਸੁਹਾਣ ਤੇਰੇ ਢਾਡੀ ਨੂੰ ਵੀ। ਪਾਤਸ਼ਾਹ, ਤੇਰੇ ਤਨ ਤਾਣ ਹੈ ਅਰਸ਼ਾਂ ਦਾ, ਪਰ ਮੇਰੇ ਤਨ ਨਿਤਾਣਪਨ ਹੈ ਕੱਚੇ ਸ਼ੀਰ ਦਾ, ਜੋ ਮੈਂ ਲੋਕਾਂ ਨਾਲੋਂ ਬਹੁਤਾ ਪੀਤਾ ਹੈ। ਮੇਰੇ ਕਾਣ ਹੀ ਠਹਿਰ ਜਾਓ, ਮੇਰਾ ਜੀ ਇਸ ਰੁੱਤੇ ਟੁਰਨੋਂ ਹੁੱਸਦਾ ਹੈ। ਮੇਰੀ ਖਾਤਰ ਕਿਤੇ ਚਾਰ ਦਿਨ ਸੁਸਤਾ ਜਾਓ। ਗੁਰੂ ਜੀ ਮਰਦਾਨੇ ਦੇ ਇਸ ਪਿਆਰ ਨੂੰ ਸਮਝਦੇ ਸਨ। ਜਦੋਂ ਗੁਰੂ ਜੀ ਆਪਣੇ ਤੇ ਸ਼ਰਮ ਲੈਂਦੇ ਸਨ ਤਾਂ ਮਰਦਾਨਾ ਆਪਣੇ ਥਕਾਨ ਜਾਂ ਭੁੱਖ ਜਾਂ ਕਿਸੇ ਹੋਰ ਲੋੜ ਦੀ
ਸ਼ਰਮ ਕਰਕੇ ਚੁੱਪ ਨਹੀਂ ਸੀ ਹੁੰਦਾ, ਸਗੋਂ ਬੋਲ ਕੇ ਦੱਸ ਦੱਸ ਤੇ ਆਪਣੀ ਖਾਤਰ ਵਾਸਤੇ ਪਾ ਪਾ ਕੇ ਉਹਨਾਂ ਨੂੰ ਆਰਾਮ ਵਿੱਚ ਟਿਕਾ ਲੈਂਦਾ ਸੀ। ਬਸੰਤ ਰੁੱਤ ਦੇ ਤੁਰੇ ਹੋਏ ਗੁਰੂ ਜੀ ਕਿਤੇ ਡੇਰਾ ਪਾ ਕੇ ਨਹੀਂ ਰਹੇ ਸਨ, ਕਿਤੇ ਦੋ ਕਿਤੇ ਚਾਰ ਦਿਨ ਠਹਿਰਦੇ, ਸਤਨਾਮ ਦਾ ਉਪਦੇਸ਼ ਦਿੰਦੇ ਅੱਗੇ ਹੀ ਅੱਗੇ ਜਾ ਰਹੇ ਸਨ। ਹੁਣ ਬਰਸਾਤ ਲੱਗ ਰਹੀ ਸੀ, ਤਰੇ ਚਾਰ ਮਹੀਨੇ ਕੱਟ ਕੇ ਗਰਮੀ ਦਾ ਸਫ਼ਰ ਕੀਤਾ, ਉਪਦੇਸ਼ ਦਿੱਤੇ ਤੇ ਮੋਏ ਜੀ ਵਾਲੇ ਜੀਆ ਦਾਨ ਦੇ ਕੇ ਹੁਣ ਮਰਦਾਨਾ ਚਾਹੁੰਦਾ ਸੀ ਕਿ ਮੇਰੇ ਸੋਹਣੇ ਮਾਲਕ ਜੀ ਚਾਰ ਦਿਨ ਆਰਾਮ ਕਰਨ। ਸਤਿਗੁਰੂ ਜੀ ਉਸ ਦੇ ਪਿਆਰ ਨੂੰ ਸਤਿਕਾਰ ਦੇਣ ਲਈ ਬੋਲੇ, ਭਲਾ ਮਰਦਾਨਿਆ, ਜਿੱਥੇ ਹੁਣ ਕੋਈ ਨਗਰੀ ਆਉਂਦੀ ਹੈ ਚੌਮਾਸੇ ਦੇ ਦਿਨ ਅਟਕ ਜਾਵਾਂਗੇ। ਸਾਈਂ ਦੀਆਂ ਮੇਰਾ ਨਾਲ ਇੱਕ ਉਚੇਰਾ ਥਲ ਸੁਹਾਵਣਾ ਟਿਕਾਣਾ ਚੰਗਾ ਗਰਾਉਂ ਆ ਗਿਆ, ਜਿਸ ਤੋਂ ਬਾਹਰ ਵਾਰ ਇੱਕ ਕੋਸ ਦੀ ਵਿੱਥ ਤੇ ਇੱਕ ਆਸਰਾ ਵੇਖ ਕੇ ਸਤਿਗੁਰਾਂ ਨੇ ਟਿਕਾਣਾ ਕਰ ਦਿੱਤਾ। ਮਰਦਾਨਾ ਖੁਸ਼ ਹੋ ਗਿਆ ਕਿ ਨਿੱਤ ਦੇ ਪੈਂਡੇ ਮੁੱਕੇ, ਚਾਹੇ ਚਮਾਸੇ ਲਈ ਹੀ ਸਹੀ, ਮੇਰਾ ਮਾਲਕ ਮੇਰਾ ਪਿਆਰਾ 10 ਦਿਨ ਵੇਲੇ ਸਿਰ ਸਵੇਂਗਾ, ਵੇਲੇ ਸਿਰ ਅੰਨ ਪਾਏਗਾ, ਸੁਖੀ ਹੋਏਗਾ। ਉਸ ਪਿੰਡ ਵਿੱਚ ਵੱਸੋਂ ਚੰਗੀ ਸੀ, ਮਾਨੋ ਛੋਟਾ ਜਿਹਾ ਕਸਬਾ ਸੀ। ਇੱਕ ਚੰਗਾ ਸਰਦੇ ਪੁੱਜਦੇ ਵਾਲਾ ਖੱਤਰੀ ਰਹਿੰਦਾ ਸੀ ਜੋ ਪਰਮਾਰਥ ਦੀ ਲਗਨ ਵਾਲਾ ਸੀ। ਆਏ ਗਏ ਸਾਧੂ ਸੰਤ ਦੇ ਦਰਸ਼ਨ ਕਰਦਾ, ਸਰੇ ਤਾਂ ਪੂਜਾ ਸੇਵਾ ਵੀ ਕਰਦਾ। ਉਸ ਸੁਣਿਆ ਜੋ ਬਾਹਰ ਕੁਟੀਆ ਵਿੱਚ ਕੋਈ ਆ ਉਤਰੇ ਹਨ ਜੋ ਡਾਢੇ ਹੀ ਪਿਆਰੇ ਲੱਗਦੇ ਹਨ, ਕੀਰਤਨ ਹੁੰਦਾ ਹੈ ਕਿ ਚੱਲਦੇ ਦਰਿਆ ਅਟਕ ਜਾਂਦੇ ਹਨ, ਤਾਂ ਉਹ ਖੱਤਰੀ ਦਰਸ਼ਨ ਕਰਨ ਆਇਆ। ਕੀਰਤਨ ਹੋ ਰਿਹਾ ਸੀ, ਸ੍ਰੀ ਸਤਿਗੁਰੂ ਜੀ ਆਪਣੇ ਇਲਾਹੀ ਰੰਗ ਵਿੱਚ ਜੁੜੇ ਬੈਠੇ ਸਨ, ਮਿੱਠੀ ਮਿੱਠੀ ਹਵਾ ਵਗ ਰਹੀ ਸੀ, ਉਹ ਵੀ ਮੱਥਾ ਟੇਕ ਕੇ ਬਹਿ ਗਿਆ। ਬੈਠਦੇ ਦੇ ਨੈਣ ਰੰਗ ਪਾਰ ਆਏ, ਛੱਪਰ ਪਾਰੇ ਹੋ ਟੱਠੇ, ਰੰਗ ਲੱਗੇ ਨੈਣ ਬੰਦ ਹੋ ਗਏ, ਅੰਦਰ ਨੂੰ ਮੁੜੇ ਤੇ ਆਪ ਦੇ ਸਵਾਦ ਵਿੱਚ ਜੁੜੇ। ਪਤਾ ਨਹੀਂ ਰਿਹਾ ਕਿ ਸਮਾਂ ਕਿੱਥੇ ਲੰਘ ਗਿਆ, ਜਾਂ ਨੈਣ ਖੁੱਲ੍ਹੇ ਤਾਂ ਵੇਖੇ ਕਿ ਕਿੰਨੀਆਂ ਹੀ ਘੜੀਆਂ ਬੀਤ ਚੁੱਕੀਆਂ ਹਨ। ਹਾਂ, ਖੱਤਰੀ ਨੂੰ ਸੋਝੀ ਆਈ ਕਿ ਇਹ ਸਾਈਂ ਦਾ ਕੀਰਤਨ ਹੈ ਜੋ ਕਾਲ ਨੂੰ ਵੀ ਜਿੱਤ ਲੈਂਦਾ ਹੈ, ਕਾਲ ਦਾ ਗਿਆਨ ਜਿਸ ਦੀ ਤਸੀਰ ਅੱਗੇ ਲੋਪ ਹੋ ਜਾਂਦਾ ਹੈ। ਹਾਂ, ਐਸਾ ਕੀਰਤਨ ਕਦੇ ਨਹੀਂ ਸੁਣਿਆ ਸੀ ਜੋ ਕਾਲ ਦੇ ਵੇਗ ਨੂੰ ਬੇਮਲੂਮਾ ਕਰਾ ਦੇਵੇ। ਐਸੇ ਦਰਸ਼ਨ ਕਦੇ ਨਹੀਂ ਪਾਏ ਸਨ ਕਿ ਮਨ ਮੋਰ ਵਾਂਗੂ ਪਹਿਲਾਂ ਪਾਉਂਦਾ ਪਿਆ ਪਰਕਰਮਾ ਕਰਦਾ ਹੈ, ਦੂਰ ਹੀ ਨਹੀਂ ਹੋਣਾ ਚਾਹੁੰਦਾ। ਐਉਂ ਮੋਹਿਤ ਹੋਇਆ ਖੱਤਰੀ ਕੰਮਾਂ ਕਾਜਾਂ ਦੀਆਂ ਖਿੱਚਾਂ ਦੇ ਕਾਰਨ ਕੁਛ ਚਿਰ ਮਗਰੋਂ ਘਰ ਨੂੰ ਮੁੜਿਆ। ਫੇਰ ਫੇਰ ਆਵੇ, ਖੀਵਾ ਹੋਵੇ, ਰਸ ਮਾਣੇ ਤੇ ਦਿਨੋਂ ਦਿਨ ਖਿੱਚ ਵਧੇ ਸੂ। ਆਵੇ ਸੇਵਾ ਕਰੇ, ਸੁੱਖ ਪਾਵੇ, ਤਾਂ ਇੱਕ ਦਿਨ ਇਤਨੀ ਖਿੱਚ ਵਧੀ ਕਿ ਚਿੱਤ ਨਾਲ ਨੇਮ ਕੀਤੋਸ ਕਿ ਨਿਤ ਪ੍ਰਤੀ ਦਰਸ਼ਨ ਲਈ ਆਉਣਾ ਹੈ ਤੇ ਨਾਗਾ ਕਦੇ ਨਹੀਂ ਪਾਉਣਾ, ਤੇ ਜਿਸ ਦਿਨ ਨਾਗਾ ਪੈ ਜਾਵੇ ਜਲ ਪਾਣੀ ਕੁਛ ਵੀ ਅੰਗੀਕਾਰ ਨਹੀਂ ਕਰਨਾ। ਨਿਤਾ ਪ੍ਰਤੀ ਆਵੇ, ਖੱਤਰੀ ਸਤਸੰਗ ਕਰਨ, ਦਰਸ਼ਨ ਦਾ ਲਾਹਾ ਲੈਣ, ਸੇਵਾ ਕਰਨ, ਕਦੇ ਅੰਮ੍ਰਿਤ ਵੇਲੇ ਕੀਰਤਨ ਸੁਣੇ, ਕਦੇ ਸੰਝਾ ਨੂੰ ਸੋਧਰ ਦਾ ਕੀਰਤਨ ਸੁਣੇ। ਹਾਂ, ਪ੍ਰੇਮੀ ਹੋਇਆ ਅੰਨ ਪਾਣੀ ਵੀ ਸੇਵਾ ਵੀ ਕਰੇ, ਡੇਰੇ ਝਾੜੂ ਪਾਣੀ ਦਾ ਵੀ ਫਿਕਰ ਕਰੇ। ਉਸ ਦੇ ਰਸਤੇ ਵਿੱਚ ਇੱਕ ਹਟਵਾਣੀਏ ਦੀ ਹੱਟੀ ਸੀ, ਉਹ ਰੋਜ਼ ਵੇਖੇ ਕਿ ਇਹ ਖੱਤਰੀ ਬਿਨਾਂ ਨਾਗਾ ਪਾਏ ਦੇ ਰੋਜ਼ ਲੰਘਦਾ ਹੈ, ਹੋਵੇ ਨਾ ਤਾਂ ਪੁੱਛੀਏ ਜੋ ਇਹ ਕਿੱਧਰ ਜਾਂਦਾ ਹੈ। ਅੰਤ ਇੱਕ ਦਿਨ ਉਸ ਨੇ ਆਵਾਜ਼ ਮਾਰ ਕੇ ਉਸ ਨੂੰ ਕੋਲ ਸੱਦਿਆ ਤੇ ਪੁੱਛਣਾ ਕੀਤਾ ਜੋ ਭਾਈ, ਜੀਵਨ ਤੇਰੇ ਸੱਜਣਾ, ਤੂੰ ਅੱਗੇ ਕਦੇ ਕਦਾਈ ਇਸ ਰਸਤੇ ਲੰਘਦਾ ਸੈਂ ਜਦੋਂ ਕਿ ਗਿਰਾਉਂ ਤੋਂ ਬਾਹਰ ਜਾਂਦਾ ਸੈਂ, ਹੁਣ ਰੋਜ਼ ਹੀ ਜਾਂਦਾ ਹੈ, ਤੁਦੇ ਨੂੰ ਕਿਹੀ ਲੱਗਣ ਲੱਗ ਪਈ ਹੈ ਜੋ ਰੋਜ਼ ਲੈ ਜਾਂਦੀ ਹੈ ਤੇ ਨਾਗਾ ਨਹੀਂ ਪੈਂਦਾ। ਤਾਂ ਖੱਤਰੀ ਨੇ ਆਖਿਆ, ਸੱਜਣ ਜੀਓ, ਬਾਹਰ ਕੁਟੀਆ ਵਾਲੇ ਬਾਗ ਵਿੱਚ ਕੋਈ ਮਹਾਂਜੋਤੀ ਵਾਲੇ ਪੁਰਖ ਆਏ ਉਤਰੇ ਹਨ, ਉਹਨਾਂ ਦਾ ਸਤਸੰਗ ਕਰਨ ਜਾਂਦਾ ਹਾਂ, ਉਹਨਾਂ ਦਾ ਦਰਸ਼ਨ ਬਹੁਤ ਪਿਆਰਾ ਹੈ, ਸੋ ਨਿਤਾ ਪ੍ਰਤੀ ਕਰਨ ਦਾ ਚਸਕਾ ਪੈ ਗਿਆ ਹੈ। ਤਦ ਹਟਵਾਣੀਏ ਆਖਿਆ, ਫੇਰ ਜੋ ਐਸੇ ਦਰਸ਼ਨ ਹੈਣ ਤਾਂ ਅਸਾਂ ਨੂੰ ਵੀ ਕਰਾਓ। ਖੱਤਰੀ ਨੇ ਕਿਹਾ, ਜਮ ਜਮ ਕਰੋ, ਆਓ ਮੇਰੇ ਨਾਲ, ਮੈਂ ਨਾਲ ਲੈ ਚੱਲਦਾ। ਸੋ ਇੱਕ ਦਿਨ ਉਹ ਹਟਵਾਣੀਆ ਵੀ ਨਾਲ ਹੋ ਤੁਰਿਆ।
ਇਹ ਜੋ ਪਿੰਡ ਦੀ ਸੜਕ ਬਾਹਰ ਨੂੰ ਜਾਂਦੀ ਸੀ ਸੋ ਅੱਗੇ ਜਾ ਕੇ ਦੋ ਰਾਹਾਂ ਵਿੱਚ ਵੰਡੀ ਜਾਂਦੀ ਸੀ। ਇੱਕ ਤਾਂ ਸਿੱਧਾ ਕੁਟੀਆ ਨੂੰ ਜਾਂਦਾ ਸੀ ਤੇ ਦੂਸਰਾ ਇੱਕ ਹੋਰ ਪਿੰਡ ਨੂੰ ਜਾਂਦਾ ਸੀ। ਇਸ ਪਿੰਡ ਤੋਂ ਉਰੇ ਇੱਕ ਮਾੜਾ ਥਾਂ ਸੀ ਜਿੱਥੇ ਕੁਛ ਮੰਦੇ ਕਰਮਾਂ ਵਾਲੀਆਂ ਰਹਿੰਦੀਆਂ ਸਨ। ਜਾਂ ਇਹ ਦੋਵੇਂ ਜਣੇ ਉਸ ਟਿਕਾਣੇ ਕੋਲ ਅਪੜੇ ਕਿ ਜਿੱਥੇ ਸੜਕਾਂ ਪਾਟਦੀਆਂ ਸਨ, ਤਾਂ ਦੂਸਰੀ ਸੜਕ ਵੱਲੋਂ ਇੱਕ ਜਨਾਨੀ ਉਸ ਮੰਦੀ ਬਸਤੀ ਦੀ ਆ ਰਹੀ ਸੀ, ਜਿਸ ਦਾ ਰੰਗ ਰੂਪ ਹਟਵਾਣੀਏ ਦੇ ਮਨ ਨੂੰ ਮੋਹ ਗਿਆ। ਉਸ ਦਾ ਮਨ ਉਸ ਨੂੰ ਮਿਲਣ ਦੇ ਸੰਕਲਪ ਨਾਲ ਖਿੱਚ ਖਾ ਗਿਆ, ਪਰ ਲਾਜ ਦੇ ਕਾਰਨ ਉਹ ਖੱਤਰੀ ਦੇ ਨਾਲ ਟੁਰੀ ਗਿਆ। ਇਉਂ ਸਤਿਗੁਰ ਦੇ ਡੇਰੇ ਆ ਗਏ ਤੇ ਆ ਦਰਸ਼ਨ ਕੀਤੋ। ਦਰਸ਼ਨ ਕਰਕੇ ਠੰਡ ਤਾਂ ਪਈ, ਪਰ ਜੋ ਕੰਡਾ ਅੰਦਰ ਵਿਕਾਰ ਦਾ ਚੁੱਭ ਰਿਹਾ ਸੀ ਉਸ ਦੇ ਮਨ ਨੂੰ ਟਿਕਣ ਨਾ ਦਿੱਤਾ। ਖੱਤਰੀ ਤਾਂ ਸੇਵਾ ਕਰਦਾ ਰਿਹਾ, ਪਰ ਉਹ ਹਟਵਾਣੀਆਂ ਮਨ ਵਿੱਚ ਪੁੜੇ ਕੰਡੇ ਦੇ ਕਾਰਨ ਕਦੇ ਦੁਖੀ, ਕਦੇ ਦਰਸ਼ਨ ਕਰਕੇ ਕੁਛ ਮੋੜਾ ਖਾਂਦਾ ਦੁਚਿਤਾਈ ਵਿੱਚ ਰਿਹਾ। ਕੁਝ ਸਮਾਂ ਗੁਰੂ ਜੀ ਪਾਸ ਬੈਠ ਕੇ ਦੋਵੇਂ ਮੁੜ ਆਏ। ਹੁਣ ਇਹ ਕਾਰ ਵੱਜੀ ਕਿ ਉਸ ਹਟਵਾਣੀਏ ਨੇ ਉਸ ਮੰਦੀ ਬਸਤੀ ਵਿੱਚ ਜਾਣ ਦੀ ਬਾਣ ਪਾ ਲਈ। ਸੋਦਰ ਦੇ ਸਮੇਂ ਦੋਵੇਂ ਗਰਾਊ ਤੋਂ ਇਕੱਠੇ ਆਵਣ, ਜਿੱਥੋਂ ਸੜਕਾਂ ਵੱਖ ਹੁੰਦੀਆਂ ਸਨ ਉੱਥੋਂ ਖੱਤਰੀ ਤਾਂ ਸਤਸੰਗ ਦੇ ਦਰ ਵੱਲ ਟੁਰ ਪਵੇ ਤੇ ਹਟਵਾਣੀਆਂ ਕੁਸੰਗ ਦੇ ਵੱਲ ਟੁਰ ਪਵੇ। ਖੱਤਰੀ ਨੇ ਆਪਣੀ ਵੱਲੋਂ ਕਈ ਵੇਰ ਸਮਝਾਇਆ ਕਿ ਤੂੰ ਮੇਰੇ ਨਾਲ ਟੁਰਿਆ ਸਤਸੰਗ ਵਾਸਤੇ ਤੇ ਟੁਰ ਜਾਣਾ ਹੈ ਕੁਸੰਗ ਨੂੰ, ਇਹ ਭਲੀ ਬਾਣ ਨਹੀਂ ਹੈ, ਇਸ ਤੇ ਜਿੱਤ ਪਾਓ, ਤਕੜਾ ਹੋ, ਆਪੇ ਤੇ ਵਿਜੈਮਾਨ ਹੋ ਕੇ ਭਲੇ ਪਾਸੇ ਲੱਗ। ਪਰ ਉਸ ਦੇ ਵਿਚਲੇ ਹੋਏ ਮਨ ਉੱਤੇ ਕੋਈ ਗੱਲ ਪੋਹੀ ਨਾ। ਖੱਤਰੀ ਨੂੰ ਹੁਣ ਪ੍ਰੇਮ ਐਸਾ ਲੱਗਾ ਕਿ ਕਦੇ ਕਦੇ ਰਾਤ ਸੋਦਰ ਦਾ ਕੀਰਤਨ ਸੁਣ ਕੇ ਵੀ ਉੱਥੇ ਹੀ ਰਹੇ, ਪ੍ਰਸ਼ਾਦ ਉਸਦੇ ਘਰੋਂ ਉੱਥੇ ਅੱਪੜ ਜਾਵੇ, ਸੋਹਲੇ ਦਾ ਪਾਠ ਸੁਣ ਕੇ ਥੋੜਾ ਆਰਾਮ ਕਰੇ, ਅੰਮ੍ਰਿਤ ਵੇਲੇ ਕੀਰਤਨ ਸੁਣ ਕੇ ਘਰ ਮੁੜੇ। ਰੰਗ ਲੱਗਦਾ ਗਿਆ ਤੇ ਨਾਮ ਦਾ ਰਸ ਅੰਦਰ ਵੱਸਦਾ ਗਿਆ। ਇੱਕ ਦਿਨ ਦੋਹਾਂ ਦੀ ਰਸਤੇ ਜਾਂਦਿਆਂ ਫੇਰ ਵਾਰਤਾ ਛਿੜ ਪਈ। ਖੱਤਰੀ ਉਸ ਨੂੰ ਸਤਸੰਗ ਦੇ ਭਲੇ ਮਾਰਗ ਦਾ ਉਪਦੇਸ਼ ਕਰੇ, ਪਰ ਉਹ ਹਟਵਾਣੀਆਂ ਕੁਸੰਗ ਦੇ ਛਿਣ ਭੰਗਰ ਰਸਾਂ ਦੀ, ਪਾਣੀ ਉੱਤੇ ਪਤਾਸੇ ਜਿੰਨੇ ਚਿਰ ਵਿੱਚ ਨਾਸ਼ ਹੋ ਜਾਣ ਵਾਲੇ ਸਵਾਦਾਂ ਦੀ ਵਡਿਆਈ ਕਰੇ। ਛੇਕੜ ਹਟਵਾਣੀਏ ਨੇ ਹੱਸ ਕੇ ਆਖਿਆ, ਭਾਈ ਲੈ ਖਾਂ, ਅੱਜ ਪਰਤਾਵਾ ਕਰੀਏ, ਤੂੰ ਚੱਲਿਆ ਹੈ ਸਤਸੰਗ ਨੂੰ ਤੇ ਮੈਂ ਚੱਲਿਆ ਹਾਂ ਕੁਸੰਗ ਨੂੰ। ਆਹ ਥਾਂ ਹੈ ਜਿੱਥੇ ਸੜਕਾਂ ਨਿਖੜਦੀਆਂ ਹਨ, ਉਹ ਸਾਹਮਣੇ ਵੱਡਾ ਬਿਰਸ਼ ਏ ਪਿੱਪਲ ਦਾ, ਅੱਜ ਸਾਡੇ ਵਿੱਚੋਂ ਜਿਹੜਾ ਵੀ ਪਹਿਲਾਂ ਆਵੇ ਇਸ ਬਿਰਸ਼ ਹੇਠ ਦੂਸਰੇ ਦੀ ਉਡੀਕ ਕਰੇ, ਕਿਉਂ ਜੋ ਅਸੀਂ ਆਮਦੇ ਤਾਂ ਇਕੱਠੇ ਹਾਂ ਪਰ ਪਰਤਦੇ ਅੱਗੜ ਪਿੱਛੜ ਹਾਂ। ਅੱਜ ਅਸੀਂ ਇੱਥੇ ਇਕੱਠੇ ਹੋ ਕੇ ਆਪੇ ਵਿੱਚ ਵਿਚਾਰ ਕਰਾਂਗੇ ਕਿ ਤੂੰ ਕੀ ਲਾਹਾ ਲੈ ਕੇ ਆਉਂਦਾ ਹੈ ਤੇ ਮੈਂ ਕੀ ਲਾਹਾ ਲੈ ਕੇ ਆਉਂਦਾ ਹਾਂ। ਫਿਰ ਅਸੀਂ ਨਿਰਣੇ ਕਰਾਂਗੇ ਕਿ ਕਿਹੜਾ ਕੰਮ ਚੰਗਾ ਕਰਦਾ ਹੈ, ਕਿਹੜਾ ਰਾਹ ਗੁਣ ਵਾਲਾ ਹੈ ਤੇ ਕਿਹੜਾ ਔਗਣ ਵਾਲਾ। ਖੱਤਰੀ ਨੇ ਹੈਰਾਨ ਹੋ ਕੇ ਆਖਿਆ, ਭਲਾ ਹੋਵੇ ਐਵੇਂ ਸਹੀ, ਪਰ ਮੈਨੂੰ ਤਾਂ ਇਹ ਸੰਸਾ ਕਾਈ ਨਹੀਂ ਕਿ ਮੇਰੇ ਰਾਹ ਵਿੱਚ ਕੋਈ ਤੋਟਾ ਹੈ, ਮੇਰੇ ਰਾਹ ਵਿੱਚ ਤਾਂ ਲਾਹਾ ਹੀ ਲਾਹਾ ਹੈ। ਇਹ ਵੀ ਸੰਸਾ ਮੈਨੂੰ ਕੋਈ ਨਹੀਂ ਕਿ ਤੇਰਾ ਮਾਰਗ ਖੋਟਾ ਹੈ, ਉਸ ਰਾਹੇ ਜਦ ਕਦ ਹੈ ਤਾਂ ਤੋਟਾ ਹੈ, ਲਾਹਾ ਕਦੇ ਨਹੀਂ। ਤੋਟਾ ਹੈ ਸਰੀਰ ਦਾ, ਅੰਬਰੋਂ ਇੱਜ਼ਤ ਦਾ, ਤੋਟਾ ਧਨ ਦਾ, ਤੋਟਾ ਮਨ ਦਾ। ਹਟਵਾਣੀਏ ਆਖਿਆ, ਚਲੋ ਜਿਵੇਂ ਸਮਝੋ ਉਵੇਂ ਸਹੀ, ਪਰ ਅੱਜ ਪਰਤਾਵਾ ਕਰਨ ਵਿੱਚ ਤੇਰਾ ਕੀ ਵਿਚਲਦਾ ਹੈ, ਘੜੀ ਦੋ ਘੜੀ ਦੀ ਉਡੀਕ ਹੀ ਹੈ ਨਾ। ਇਉਂ ਮਤਾ ਪਕਾ ਕੇ ਦੋਵੇਂ ਵਿਛੜ ਗਏ। ਸਿੱਖ ਤਾਂ ਗੁਰੂ ਦੇ ਦਰਬਾਰ ਪਹੁੰਚਾ, ਅੱਗੇ ਕੀਰਤਨ ਹੋ ਰਿਹਾ ਸੀ, ਕੰਨੀ ਆਵਾਜ਼ ਪਈ, ਸਾਈਂ ਜੀ ਦੀ ਸਿਫਤ ਸਲਾਹ ਦੀ, ਮਨ ਹਿੱਲਿਆ, ਉੱਚਾ ਹੋਇਆ, ਅੰਦਰਲੇ ਰਸ ਦਾ ਸਵਾਦ ਆਇਆ, ਟਿਕ ਕੇ ਬਹਿ ਗਿਆ। ਉਧਰ ਹਟਵਾਣੀਆਂ ਜਾਂ ਆਪਣੇ ਮਨ ਨੂੰ ਚੰਗੇ ਲੱਗਣ ਵਾਲੇ ਥਾਂ ਪਹੁੰਚਾ ਤਾਂ ਉਸ ਦੇ ਭਾਗਾਂ ਨੂੰ ਘਰ ਸੁੰਝਾ ਪਿਆ ਸੀ। ਜਿਸ ਨੂੰ ਮਿਲਣ ਗਿਆ ਸੀ ਸੋ ਮੰਦਾ ਸਰੀਰ ਕਿਸੇ ਹੋਰ ਸਿਗਰਾਉਂ ਨੂੰ ਵਾਂਢੇ ਟੁਰ ਚੁੱਕਾ ਸੀ, ਸੋ ਨਿਰਾਸ਼ ਹੋ ਕੇ ਇੱਧਰ ਉੱਧਰ ਫਿਰਿਆ, ਓੜਕ ਪਿੱਛੇ ਪਰਤ ਪਿਆ। ਜਿਸ ਟਿਕਾਣੇ ਉਸਨੇ ਆਪਣੇ ਸਾਥੀ ਨੂੰ ਮਿਲਣ ਦਾ ਨੇਮ ਬੱਧਾ ਸੀ ਉਸ ਟਿਕਾਣੇ ਆ ਪਹੁੰਚਾ, ਮਿੱਤਰ ਨੂੰ ਉਡੀਕਣ ਬਹਿ ਗਿਆ। ਉਡੀਕ ਲਮੇਰੀ ਹੋ ਗਈ, ਕਿਉਂ ਜੋ ਇਹ ਛੇਤੀ ਪਰਤ ਆਇਆ ਸੀ, ਸੋ ਬੈਠਾ ਸੋਚੀ ਪੈ ਗਿਆ। ਸੋਚਾਂ ਵਿੱਚ ਪਿਆ ਇਕੱਲਾ ਆਦਮੀ ਕਈ ਵੇਰ ਧਰਤੀ ਖੁੰਨਣ ਲੱਗ ਪੈਂਦਾ ਹੈ, ਸੋ ਇਹ ਵੀ ਵਹਿਣੀ ਡੁੱਬਾ
ਲੱਗਾ ਧਰਤੀ ਖੋਤਰਨ। ਖੋਤਰਦਿਆਂ ਖੋਤਰਦਿਆਂ ਇਸ ਨੂੰ ਇੱਕ ਮੋਹਰ ਲੱਭੀ। ਮੋਹਰ ਤੱਕ ਕੇ ਬਣੀਆਂ ਬਿਰਤੀ ਵਾਲਾ ਮਨ ਬੜਾ ਖੁਸ਼ ਹੋਇਆ। ਤਦ ਲੱਕ ਨਾਲੋਂ ਛੁਰੀ ਖੋਲ ਹੋਰ ਧਰਤੀ ਖੁਣਨ ਲੱਗਾ, ਜੋ ਮਤਾਂ ਹੋਰ ਮੋਹਰਾਂ ਲੱਭਣ। ਇਹਨੇ ਨੂੰ ਇੱਕ ਮਿੱਟੀ ਦੇ ਦੱਬੇ ਹੋਏ ਭਾਂਡੇ ਦਾ ਮੂੰਹ ਛੁਰੀ ਨਾਲ ਠਹਿਕਿਆ। ਫੇਰ ਤਾਂ ਹੱਟੀ ਵਾਣ ਲੱਗਾ ਜ਼ੋਰ ਨਾਲ ਚਫੇਰਿਓਂ ਪੁੱਟਣ। ਪੁੱਟਦਾ ਗਿਆ, ਉਡੀਕਦਾ ਸਮਾਂ ਬੇਮਲੂਮ ਲੰਘਦਾ ਗਿਆ। ਇੱਕ ਮੋਹਰ ਦੇ ਲੱਭ ਪੈਣ ਅਤੇ ਭਾਂਡੇ ਦੇ ਦਿਸ ਪੈਣ ਨੇ ਇਸ ਨੂੰ ਕੰਮ ਵਿੱਚ ਲਾਈ ਰੱਖਿਆ। ਜਦ ਖੋਦ ਚੁੱਕਾ ਤਦ ਕੀ ਦੇਖੇ ਕਿ ਇੱਕ ਭਾਂਡਾ ਹੈ, ਤਾਂ ਮੂੰਹ ਤੋਂ ਢੱਕਣ ਉਖੇੜਿਆ ਤਾਂ ਕੀ ਦੇਖੇ ਜੋ ਵਿੱਚ ਕੋਲੇ ਹਨ, ਜਾਂ ਸਾਰਾ ਫੋਲਿਆ ਤਾਂ ਹੇਠਾਂ ਤੱਕ ਕੋਲੇ ਹੀ ਕੋਲੇ ਨਿਕਲੇ। ਹੁਣ ਉਹ ਗੁਰੂ ਜੀ ਦਾ ਸਿੱਖ ਵੀ ਆ ਨਿਕਲਿਆ, ਪਰ ਲੰਗੜਾਉਂਦਾ ਲੰਗੜਾਉਂਦਾ ਆਵੇ। ਇੱਕ ਜੁੱਤੀ ਤਾਂ ਪਾਈ ਹੋਈ ਤੇ ਦੂਸਰੀ ਦੀ ਹੱਡੀ ਪੰਨੀ ਹੋਈ। ਕਿਸਰ ਕਿਸਰ ਕੇ ਪੈਰ ਨਾਲ ਟੁਰੇ, ਇਉਂ ਆਉਂਦਾ ਤੱਕ ਕੇ ਹਟਵਾਣੀ ਨੇ ਆਖਿਆ, ਭਾਈ ਜੀਵਨੀ ਜੁੱਤੀ ਚਾੜ ਲੈ, ਠਿੱਬੀ ਕਰਕੇ ਟੁਰਦਿਆਂ ਖੇਚਲ ਹੁੰਦੀ ਹੋਊ। ਉਸ ਸਿੱਖ ਨੇ ਤਦ ਆਖਿਆ, ਸੱਜਣਾ ਅੱਜ ਜਾਂ ਮੈਂ ਗੁਰੂ ਦੇ ਘਰੋਂ ਬਾਹਰ ਆਇਆ ਤਾਂ ਦਰਵਾਜ਼ੇ ਤੋਂ ਨਿਕਲਦਿਆਂ ਸਾਰ ਜੁੱਤੀ ਤਾਈਂ ਅੱਪੜਨ ਤੋਂ ਪਹਿਲਾਂ ਕੰਡਾ ਚੁੱਭ ਗਿਆ, ਸੋ ਕੰਡਾ ਖਿੱਚ ਕੇ ਕੱਢਿਆ, ਪਰ ਕੁਛ ਵਿੱਚ ਰਹਿ ਗਿਆ ਹੈ, ਤਾਂ ਕਾਰਨ ਮੈਂ ਪੈਰ ਨੂੰ ਲੀਰ ਬੱਧੀ ਹੈ ਤੇ ਜੁੱਤੀ ਠਿੱਬੀ ਕਰਕੇ ਟੁਰਿਆ ਆਉਂਦਾ ਹਾਂ। ਹਟਵਾਣੀਆ, ਅੱਛਾ ਭਾਈ, ਤਾਂ ਫਿਰ ਆ ਰਤਾ ਬਹਿ ਜਾ, ਸਾਹ ਕੱਢ ਲੈ, ਕੁਝ ਗੱਲਬਾਤ ਵੀ ਕਰੀਏ ਫਿਰ ਟੁਰਾਂਗੇ। ਜਾਂ ਬਹਿ ਗਏ ਤਾਂ ਗੱਲਬਾਤ ਛਿੜੀ। ਹਟਵਾਣੀ ਨੇ ਆਖਿਆ, ਵੇਖ ਭਾਈ ਜੀ, ਅੱਜ ਮੈਂ ਪਾਈ ਮੋਰ ਤੇ ਤੈਨੂੰ ਚੁੱਭਿਆ ਕੰਡਾ। ਇਹ ਬਾਤ ਪੁੱਛੀ ਚਾਹੀਏ ਜੋ ਤੂੰ ਜਾਵੇਂ ਸੇਵਾ ਕਰਨ ਤੇ ਮੈਂ ਜਾਵਾਂ ਪਾਪ ਕਮਾਵਣ। ਸਿੱਖ, ਭਾਈ ਜਿਵੇਂ ਹੋਇਆ ਸੋ ਹੋਇਆ, ਸਤਸੰਗ ਚੰਗਾ ਹੈ, ਸੇਵਾ ਕਰਨੀ ਸੋਹਣੀ ਗੱਲ ਹੈ ਤੇ ਪਾਪਾਂ ਦਾ ਮਾਰਗ ਖੋਟਾ ਹੈ। ਹਟਵਾਣੀਆਂ, ਨਹੀਂ ਭਾਈ, ਜਾਂ ਤਾਂ ਤੂੰ ਕਾਰਨ ਦੱਸ, ਨਹੀਂ ਤਾਂ ਗੁਰੂ ਪਾਸ ਚੱਲਦੇ ਹਾਂ, ਜੋ ਇਸ ਗੱਲ ਦਾ ਕੀ ਵੇਰਵਾ ਹੈ। ਤਦ ਦੋਵੇਂ ਮੁੜ ਪਏ ਤੇ ਆ ਪੈਰੀ ਪਏ। ਸਤਿਗੁਰੂ ਜੀ ਦੇਖ ਕੇ ਮੁਸਕਰਾਏ ਤੇ ਮਰਦਾਨਾ ਵੀ ਇਸ ਮੁਸਕਰਾਹਟ ਨੂੰ ਵੇਖ ਕੇ ਹੁਸ਼ਿਆਰ ਹੋ ਬੈਠਾ ਕਿ ਇਤਨੇ ਨੂੰ ਹਟਵਾਣੀਏ ਨੇ ਨੈਣ ਨੀਵੇਂ ਕਰਕੇ ਹੱਥ ਜੋੜੇ, ਸੱਚੋ ਸੱਚੀ ਆਪਣੇ ਪਾਪ ਦੀ ਵਿਥਿਆ ਕਹਿ ਸੁਣਾਈ ਤੇ ਜੋ ਦੋਹਾਂ ਨੇ ਨੇਮ ਕੀਤਾ ਸੀ ਸੋ ਵੀ ਆਖ ਸੁਣਾਇਆ ਤੇ ਪੁੱਛਣਾ ਕੀਤੀ ਕਿ ਹੇ ਪਾਤਸ਼ਾਹ, ਇਸ ਦਾ ਕਾਰਨ ਅਸਾਂ ਨੂੰ ਦੱਸੋ, ਜੋ ਪਾਪ ਨੂੰ ਫਲ ਮੋਹਰ ਲੱਗਾ ਤੇ ਸੇਵਾ ਨੂੰ ਫਲ ਕੰਡਾ ਚੁੱਭਿਆ ਹੈ। ਸਤਿਗੁਰੂ ਜੀ ਚੁੱਪ ਕਰ ਰਹੇ ਤੇ ਬੋਲੇ ਕਾਈ ਨਹੀਂ। ਹਟਵਾਣੀਆਂ, ਜਿਵੇਂ ਪਾਤਸ਼ਾਹ ਆਪ ਨੂੰ ਭਾਵੇ, ਪਰ ਅਸੀਂ ਮੂਰਖ ਹਾਂ, ਸਾਡੀ ਸਮਝ ਨਹੀਂ ਪਾਉਂਦੀ, ਕਿਰਪਾ ਕਰਕੇ ਭੇਦ ਖੋਲ ਦਿਓ, ਜੋ ਪਾਪ ਨੂੰ ਫਲ ਕਿਉਂ ਲੱਗਾ ਚੰਗਾ। ਕਿਰਪਾ ਕਰਕੇ ਭੇਦ ਖੋਲ ਦਿਓ, ਜੋ ਪਾਪ ਨੂੰ ਫਲ ਕਿਉਂ ਚੰਗਾ ਲੱਗਾ ਹੈ। ਤਦ ਦਿਆਲ ਸਤਿਗੁਰ ਨੇ ਆਪਣਾ ਪਵਿੱਤਰ ਹੱਥ ਉਸ ਮਾੜੇ ਕਰਮਾਂ ਵਾਲੇ ਦੇ ਸਿਰ ਨੂੰ ਛੁਹਾਇਆ। ਹਾਂ, ਸੋਹਣਾ ਸੁੱਚਾ ਹੱਥ ਮੈਲ ਭਰੇ ਸਿਰ ਨੂੰ ਲਾਇਆ। ਹੱਥ ਧਰਦੇ ਮਿਹਰ ਦੇ ਘਰ ਵਿੱਚ ਆ ਗਏ ਤੇ ਬੋਲੇ, ਭੋਲਿਆ, ਤੇਰੇ ਪਾਪ ਨੂੰ ਇੱਕ ਮੋਹਰ ਦਾ ਫਲ ਨਹੀਂ ਲੱਗਾ, ਤੇਰੇ ਪਾਪਾਂ ਦੀ ਹਨੇਰੀ ਨੇ ਤੇਰੀਆਂ ਮੋਹਰਾਂ ਦਾ ਬਿਰਸ਼ ਹਲੂਣ ਕੱਤਿਆ, ਪਰ ਚੜ ਪਈਆਂ, ਤੇਰੇ ਜੋਗੀ ਇੱਕੋ ਰਹਿ ਗਈ। ਕੋਲਿਆਂ ਦਾ ਮਟਕਾ ਮੋਹਰਾਂ ਦਾ ਮਟਕਾ ਹੈ ਸੀ, ਕਿਸੇ ਰੱਬ ਜੀ ਦੇ ਪਿਆਰੇ ਨੂੰ ਤੂੰ ਇੱਕ ਮੋਹਰ ਦਿੱਤੀ ਹੈ ਸੀ, ਪਰ ਉਹ ਪਰਮ ਪਦ ਦੇ ਭੀਖਕ ਨੂੰ ਦਿੱਤੀ ਇੱਕ ਮੋਹਰ ਸਹੰਸਰ ਗੁਣਾ ਹੋ ਫਲੀ ਸੀ, ਪਰ ਜਿਉਂ ਜਿਉਂ ਤੂੰ ਪਾਪ ਕਮਾਏ, ਉਹ ਪੁੰਨਾਂ ਦੀਆਂ ਫਲੀਆਂ ਮੋਹਰਾਂ ਸੜਦੀਆਂ ਗਈਆਂ। ਹਾਂ, ਜਾਣ ਲੈ ਕਿ ਤੇਰੇ ਪਾਪਾਂ ਨੇ ਤੇਰੇ ਇਕੱਠੇ ਕੀਤੇ ਸ਼ੁਭ ਕਰਮਾਂ ਤੇ ਉਹਨਾਂ ਦੇ ਫਲ ਨੂੰ ਸਾੜ ਸੱਟਿਆ, ਕੇਵਲ ਇੱਕ ਰਹਿ ਗਿਆ ਜੋ ਤੈਨੂੰ ਇੱਥੇ ਲੈ ਆਇਆ, ਸੋ ਤੂੰ ਸਮਝ ਲੈ ਕਿ ਇੱਕ ਮੋਹਰ ਤੈਨੂੰ ਇਹ ਮਤ ਦਿੰਦੀ ਹੈ ਕਿ ਤੇਰੇ ਪਾਪਾਂ ਨੇ ਮੈਂ ਵਰਗੀਆਂ ਤੇਰੇ ਭਾਗਾਂ ਵਿੱਚੋਂ ਅਨੇਕਾਂ ਦੂਰ ਕੀਤੀਆਂ ਹਨ, ਬੀਜਿਆ ਹਰਿਆ ਹੋਣ ਦੀ ਥਾਂ ਕੁਸੰਗ ਨੇ ਸਾੜ ਕੱਤਿਆ, ਕੋਲੇ ਕਰ ਦਿੱਤੇ। ਇਸ ਕਾਲੀ ਪੁਰਖ ਦੀ ਸੇਵਾ ਤੇ ਸਤਸੰਗ ਨੇ, ਹਰ ਕੀਰਤਨ ਸੁਣਨ ਤੇ ਕਰਨ ਨੇ ਇਸ ਦੇ ਪਾਪ ਨਾਸ਼ ਕੀਤੇ ਹਨ। ਇਸ ਦੇ ਪਿਛਲੇ ਕਰਮ ਹੈ ਸਨ ਐਸੇ ਕਿ ਉਹਨਾਂ ਦਾ ਫਲ ਸੂਲੀ ਹੈ ਸੀ। ਜਿਉਂ ਜਿਉਂ ਇਹ ਸੇਵਾ ਨੂੰ ਆਇਆ, ਜਿਉਂ ਜਿਉਂ ਇਸ ਦੇ ਅੰਦਰ ਰੱਬ ਜੀ ਦੇ ਜਸ ਨਾਲ ਵੈਰਾਗ ਤੇ ਉਮਾਹ ਆਇਆ, ਜਿਉਂ ਜਿਉਂ ਇਸ ਨੇ
ਉਸ ਦਾ ਨਾਉਂ ਲੈ ਕੇ ਉਸ ਨੂੰ ਯਾਦ ਕੀਤਾ, ਉਹ ਖੋਟੇ ਕਰਮ ਨਾਸ਼ ਹੋਣ ਲੱਗੇ। ਘਟਦੇ ਘਟਦੇ ਸੂਲੀ ਦੀ ਸੂਲ ਰਹਿ ਗਈ, ਜੋ ਸੂਈ ਵਾਂਗੂ ਚੁੱਭ ਕੇ ਮਹਾਂ ਦੁੱਖ ਤੋਂ ਛੁਡਾ ਗਈ। ਦੂਜੀ ਵਿਚਾਰ ਦੀ ਗੱਲ ਇਹ ਹੈ ਕਿ ਭਾਈ, ਜਿਉਂ ਜਿਉਂ ਤੂੰ ਵਿਸ਼ਿਆਂ ਵਿੱਚ ਵਰਤਿਆ ਹੈ, ਤੇਰੀਆਂ ਵਾਸ਼ਨਾ ਹੋਰ ਖੋਟੀਆਂ ਹੁੰਦੀਆਂ ਗਈਆਂ, ਤੇਰੀ ਰੁਚੀ ਮਾੜੇ ਪਾਸੇ ਵੱਲ ਹੋਰ ਵੱਧਦੀ ਗਈ ਹੈ। ਜਿਉਂ ਜਿਉਂ ਇਸ ਘਾਲੀ ਨੇ ਸਤਸੰਗ ਕੀਤਾ ਹੈ, ਇਸ ਦੀਆਂ ਵਾਸ਼ਨਾ ਸ਼ੁੱਭ ਤੇ ਪਵਿੱਤਰ ਹੁੰਦੀਆਂ ਗਈਆਂ ਹਨ, ਇਸ ਦੀ ਰੁਚੀ ਭਲੇ ਵੱਲ, ਸੇਵਾ ਵੱਲ, ਸਤਸੰਗ ਵੱਲ ਵੱਧ ਗਈ ਹੈ। ਇਸ ਤਰ੍ਹਾਂ ਅੱਗੋਂ ਲਈ ਇਸ ਦੇ ਅੰਦਰ ਹੋਣ ਵਾਲੇ ਕਰਮਾਂ ਦੀ ਸੇਧ ਸ਼ੁੱਧ ਬੱਜ ਗਈ ਹੈ। ਇਹ ਸੁਣ ਕੇ ਹਟਵਾਣੀਏ ਦੇ ਦਿਲ ਗੱਲ ਪੁੜ ਗਈ, ਕੰਬਿਆ। ਉਹ ਜੋ ਦਾਤੇ ਦਾ ਹੱਥ ਛੋਇਆ ਸੀ, ਉਹ ਅੱਗ ਦੀ ਚਿੰਗਾਰੀ ਸੀ। ਪਾਪਾਂ ਦੇ ਮੜਿਆਂ ਦੇ ਖੜੇ ਢੇਰ ਨੂੰ ਅੱਗ ਲਾਉਣ ਲਈ, ਜਾਂ ਪਾਪ ਸੜੇ ਤਾਂ ਮੱਤ ਤੋਂ ਮੈਲ ਤੇ ਬੋਝਾ ਉਤਰਿਆ। ਚਰਨੀ ਢੱਠਾ ਆਖਣ ਲੱਗਾ, ਮਿਹਰ ਕਰੋ ਤੇ ਹੁਣ ਸ਼ੁੱਧ ਮਾਰਗ ਪਾਓ, ਭਲੇ ਕਰਮ ਸਿਖਾਓ ਤੇ ਮਾੜਿਆਂ ਦੇ ਰਾਹੋਂ ਵਰਜ ਲਓ, ਆਪਣੇ ਤਾਣ ਨਾਲ ਰਹਾ ਲਓ, ਅਸਾਂ ਵਿੱਚ ਹੋਰ ਅਸੰਖ ਕਾਈ ਨਹੀਂ ਹੈ। ਤਦ ਗੁਰੂ ਬਾਬਾ ਮਿਹਰਬਾਨ ਹੋਇਆ, ਇਲਾਹੀ ਗਲੇ ਤੋਂ ਧੁਨ ਉੱਠੀ, ਮਰਦਾਨੇ ਰਬਾਬ ਛੇੜਿਆ ਤੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਮਾਰੂ ਦੀ ਵੈਰਾਗ ਭਰੀ ਸੁਰ ਛਿੜੀ। ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਜਾਲੀ ਰੈਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਣ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ, ਪਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟ ਸਦੇਹਾ। ਦੈਵੀ ਆਵਾਜ਼ ਮਨ ਵਿੱਚ ਪੁੜ ਜਾਣ ਵਾਲੇ ਸ਼ਬਦ ਦੇ ਅਰਥ ਦੋਹਾਂ ਤੇ ਕਹਿਰ ਦਾ ਅਸਰ ਕਰ ਗਏ। ਹਟਵਾਣੀਏ ਦੇ ਮਨ ਦਾ ਥਰ ਟੁੱਟ ਗਿਆ, ਮਨ ਦਰਵ ਗਿਆ, ਸੋਝੀ ਆ ਗਈ ਕਿ ਅਸੀਂ ਕਰਨ ਵਾਲੇ ਜੀਵ ਹਾਂ। ਮਨ ਤੇ ਬੁੱਧ ਹੋਣ ਕਰਕੇ ਅਸੀਂ ਸਮਝਦੇ ਹਾਂ ਕਿ ਅਸੀਂ ਜੋ ਕੁਝ ਕਰਦੇ ਹਾਂ ਉਹ ਦੋ ਪ੍ਰਕਾਰ ਦਾ ਹੈ, ਭਲਾ ਹੈ ਬੁਰਾ ਹੈ। ਇਹ ਜੋ ਕੁਝ ਕਰਦੇ ਹਾਂ ਇਸ ਨਾਲ ਰੁਚੀ ਬਣਦੀ ਹੈ, ਰੁਚੀ ਪੱਕ ਪੱਕ ਕੇ ਸੁਭਾਵ ਬਣਦਾ ਹੈ, ਇਹ ਸਾਡੀ ਕਿਰਤ ਕਰਨੀ ਦਾ ਫਲ ਸਾਨੂੰ ਫੇਰ ਅੰਦਰੋਂ ਭਲੇ ਬੁਰੇ ਵੱਲ ਟੋਰਦਾ ਹੈ। ਮਾੜੇ ਕਰਮਾਂ ਵਿੱਚ ਜੋ ਸਵਾਦ ਹੈ ਉਹ ਮਾਨੋ ਚੋਗ ਹੈ ਜੋ ਸਾਨੂੰ ਫਸਾਉਂਦੀ ਹੈ ਪੰਛੀ ਵਾਂਗੂ। ਅੰਦਰੋਂ ਸੁਭਾਵ ਮਾੜੇ ਪਾਸੇ ਵੱਲ ਰੁਚੀ ਕਰਾਉਂਦਾ ਹੈ, ਬਾਹਰੋਂ ਰਸਦਾਇਕ ਭੋਗ ਆਪਣੇ ਵਿੱਚ ਖਿੱਚਦੇ ਹਨ। ਇਉਂ ਜੀਵ ਫਸਦਾ ਜਾਂਦਾ ਹੈ, ਮਨ ਮਨੂਰ ਹੁੰਦਾ ਜਾਂਦਾ ਹੈ, ਅਰਥਾਤ ਉੱਚੇ ਰਸਾਂ ਵੱਲੋਂ ਮਰਦਾ ਜਾਂਦਾ ਹੈ ਤੇ ਨੀਵੇਂ ਰਸਾਂ ਵਿੱਚ ਜੋ ਪਾਪ ਕਰਮਾਂ ਵਿੱਚ ਹੁੰਦਾ ਹੈ ਅਸ਼ਕਤ ਹੁੰਦਾ ਜਾਂਦਾ ਹੈ। ਇਸ ਦੇ ਮੁੜ ਜੀਵਨ ਦੀ ਆਸ ਨਹੀਂ ਰਹਿੰਦੀ, ਕਿਉਂਕਿ ਨੀਵੇਂ ਰਸਾਂ ਵਿੱਚ ਮਨ ਖਚਤ ਹੋ ਜਾਵੇ ਤਾਂ ਸਾਈਂ ਯਾਦ ਨਹੀਂ ਆ ਸਕਦਾ ਤੇ ਵਿਸਾਰੇ ਵਿੱਚ ਜੋ ਕੋਈ ਸ਼ੁਭ ਗੁਣ ਪੱਲੇ ਹੁੰਦੇ ਹਨ ਉਹ ਸਹਾਇਤਾ ਨਹੀਂ ਕਰ ਸਕਦੇ, ਉਹ ਪਾਪਾਂ ਰੂਪੀ ਕੋਲਿਆਂ ਦੇ ਸੇਕ ਨਾਲ ਗਲਣ ਲੱਗ ਜਾਂਦੇ ਹਨ। ਸੋ ਫਾਥੇ ਪੰਛੀ ਦੇ ਛੁੱਟਣ ਜਾਂ ਮਨੂਰ ਹੋਏ ਮਨ ਰੂਪੀ ਲੋਹੇ ਦੇ ਫੇਰ ਜੀਓ ਪੈਣ ਦਾ ਦਾਰੂ ਨਿਰੇ ਸ਼ੁਭ ਕਰਮ ਨਹੀਂ ਹਨ, ਉਹ ਤਾਂ ਗਲਦੇ ਜਾਣਗੇ ਪਾਪਾਂ ਦੇ ਮਗ ਰਹੇ ਕੋਲਿਆਂ ਦੇ ਸੇਕ ਨਾਲ। ਹਾਂ, ਮਨੂਰ ਦੇ ਜੀਓ ਉੱਠਣ ਦਾ
ਜੀਉ ਕੇ ਲੋਹੇ ਤੋਂ ਸੋਨਾ ਹੋ ਜਾਣ ਦਾ ਇੱਕੋ ਤਰੀਕਾ ਹੈ ਕਿ ਸੱਚਾ ਸਤਿਗੁਰ ਨਾਮ ਰੂਪੀ ਅੰਮ੍ਰਿਤ ਦਾ ਛੱਟਾ ਮਾਰੇ, ਨਾਮ ਦੇ ਤਰੌਂਕੇ ਨਾਲ ਮਨ ਸਾਈਂ ਦੀ ਯਾਦ, ਸਾਈਂ ਦੀ ਯਾਦ ਸਾਈਂ ਨਾਲ ਮੇਲ ਹੈ। ਪਾਪਾਂ ਤੇ ਨੀਵੇਂ ਰਸਾਂ ਨੇ ਸਾਡੇ ਤੇ ਉਸ ਦੇ ਵਿੱਚ ਭੁੱਲ ਦਾ ਪਰਦਾ ਤਾਣ ਦਿੱਤਾ ਸੀ। ਜਦ ਉਹ ਪਰਦਾ ਟੁੱਟਾ ਤਾਂ ਵਿੱਥ ਨਾ ਰਹੀ। ਹੁਣ ਸਾਈਂ ਦਾ ਬਲ, ਉਸ ਦਾ ਭਾਵ, ਉਸ ਦੀ ਸੱਤਿਆ ਛੂ ਅਸਾਂ ਵਿੱਚ ਆਵੇਗੀ। ਉਹ ਸਾਰੀ ਮੁਰਦਿਹਾਨ ਨੂੰ ਮਾਰ ਕੱਢੇਗੀ। ਮੋਇਆ ਮਨ ਜੀਉ ਪਏਗਾ, ਜੀਉ ਕੇ ਉੱਚੇ ਰਸਾਂ ਦੇ ਅਨੁਭਵ ਵਿੱਚ ਆ ਕੇ ਆਤਮ ਰੂਪ ਹੋ ਜਾਵੇਗਾ। ਸ਼ਬਦ ਦਾ ਭਾਵ ਕੀਰਤਨ ਦੇ ਦਰਵਾ ਦੇਣ ਵਾਲੇ, ਭੰਗਾਰ ਦੇਣ ਵਾਲੇ ਅਸਰ ਨਾਲ ਅੰਦਰ ਗੱਠ ਗਿਆ, ਜਿਸ ਨਾਲ ਰੁਚੀ ਦਾ ਰੌਂ ਬਦਲ ਗਿਆ, ਭਲੇ ਪਾਸੇ ਰੁੱਖ ਹੋ ਗਿਆ। ਧਾ ਕੇ ਚਰਨੀ ਢੱਠਾ, ਦਾਤਾ 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 ਰੱਖ ਲੈ ਪਾਪੀ ਨੂੰ। ਸੂਰੇ ਸਤਿਗੁਰ ਨੇ ਸਿਰ ਕੰਢੀ ਤੇ ਹੱਥ ਫੇਰਿਆ ਤੇ ਆਖਿਆ, ਕਹੋ ਵਾਹਿਗੁਰੂ ਕਹਾਇਆ ਨਹੀਂ, ਅੰਦਰ ਪਾ ਦਿੱਤਾ। ਦੋਹਾਂ ਸਰੀਰਾਂ ਦੇ ਲੂਹ ਲੂਹ ਵਿੱਚ ਨਾਮ ਦੇ ਫੁਹਾਰੇ ਛੁੱਟੇ, ਦੋਵੇਂ ਨਾਉ ਤਰੀਕ ਸਿੱਖ ਹੋਏ। ਕਰਮ ਜੀਵ ਕਰਦਾ ਹੈ, ਆਪਣੇ ਕੀਤੇ ਨੂੰ ਫਲ ਲੱਗਦੇ ਹਨ, ਪਰ ਜੇ ਨਾਮ ਵਿੱਚ ਆਵੇ ਤਾਂ ਕਰਮ ਦਗਦ ਹੁੰਦੇ ਹਨ। ਨਾਮ ਦੀ ਲਿਵ ਜੋ ਪ੍ਰੇਮ ਹੈ, ਉੱਚਾ ਰਸ ਹੈ, ਕਰਮ ਤੋਂ ਉਚੇਰਾ ਮਾਰਗ ਹੈ। ਨਾਮ ਪਹਿਲਾਂ ਮਨ ਦੀ ਮੈਲ ਤੇ ਸੁਭਾਵ ਦੇ ਗੰਦ ਨੂੰ ਧੋਂਦਾ ਹੈ, ਮਤ ਵਿੱਚੋਂ ਪਾਪਾਂ ਨੂੰ ਧੋ ਕੱਢਦਾ ਹੈ, ਆਤਮਾ ਸਵੱਛ ਹੋ ਜਾਂਦੀ ਹੈ। ਉਹ ਨਾਮ ਫਿਰ ਅੰਮ੍ਰਿਤ ਹੋ ਕੇ ਰਸ ਦਿੰਦਾ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।